ਆ ਮਹਾਰਾਣੀ ਇੱਧਰ ਕਿਵੇਂ? ਇਹ ਤਾਂ ਕੱਪੜੇ ਧੋਣ ਲੱਗ ਗਈ। ਲੈ ਮੈਂ ਇਹਨੂੰ ਕਿਹਾ ਸੀਗਾ ਮੇਰਾ ਸੂਟ ਪ੍ਰੈਸ ਕਰ ਦੇ, ਇਹਨੂੰ ਕੰਮ ਦੀ ਕੋਈ ਗੌਰ ਹੀ ਨਹੀਂ ਹੁੰਦੀ ਗੀ, ਮੌਜਾਂ ਨਾਲ ਕੱਪੜੇ ਧੋਣ ਲੱਗ ਗਈ ਹੈਗੀ। ਵੀ ਦੱਸ ਉਹ ਤਾਂ ਕੰਮ ਕਰ ਲੈ ਜਿਹੜਾ ਤੈਨੂੰ ਦਿੱਤਾ ਗਾ, ਜੇ ਨਾ ਕੀਤਾ ਹੋਇਆ ਨਾ ਇਹਨੇ ਪ੍ਰੈਸ, ਫਿਰ ਦੇਖੀਦਾ ਕੀ ਬਣਦਾ। ਕਿੱਥੋਂ ਭੁੱਖੇ ਘਰ ਦੀ ਆ ਗਈ ਹੈਗੀ ਸਾਡੇ ਘਰ ਨੂੰ ਖਾਣ ਵਾਸਤੇ। ਕਿਉਂ ਵੀ ਮੁੰਡਾ ਵਧੀਆ ਪੈਸੇ ਵਾਲਿਆਂ ਦਾ ਗਾ, ਮੈਂ ਲੁੱਟ ਕੇ ਆਪਦੇ ਪੇਕਿਆਂ ਨੂੰ ਖਵਾ ਦੂੰਗੀ, ਲੁੱਟ ਲੈ ਇਹਨੂੰ। ਕੋਈ ਨਾ, ਤੇਰਾ ਚਾਰਾ ਨਹੀਂ ਮੈਂ ਕਾਮਯਾਬ ਹੋਣ ਦਿੰਦੀ, ਪਹਿਲਾਂ ਤਾਂ ਸੂਟ ਦੇਖਾਂ ਪ੍ਰੈਸ ਕੀਤਾ ਕਿ ਨਹੀਂ, ਫਿਰ ਦੱਸੋ ਕੀ ਭਾਅ ਵਿਕਦੀ ਆ। ਹਾਏ ਰੱਬਾ ਮੇਰਿਆ, ਇਹਨਾਂ ਪਾਗਲ ਦੀ ਨੂੰ ਅਕਲ ਹੀ ਨਹੀਂ ਹੈਗੀ। ਓਹੋ ਤੂੰ ਕੀ ਸਾੜਤਾ ਰੀਲਰ, ਜਿਹੜੇ ਕੰਮ ਤੋਂ ਡਰਦੀ ਹੁੰਦੀ ਨਾ ਗਦਾਰਾ ਸੜ ਗਿਆ। ਰੀਤ ਇਹਨੇ ਕਰਤਾ ਉਹੀ ਕੰਮ, ਮੈਂ ਹੀ ਜਾਵਾਂ ਉਹਦੇ ਕੋਲੇ। ਨਾ ਤੈਨੂੰ ਅਕਲ ਹੈਗੀ ਆ ਕਿ ਨਹੀਂ? ਲੈ ਅੱਗੇ। ਹਾਂਜੀ ਦੀਦੀ। ਹਾਂ ਤੈਨੂੰ ਸੁੱਤ ਨੀ ਹੈਗੀ, ਖੜੀ ਹੋ। ਪੋਚਾ ਲਾ ਲੈਣੀ ਦੀਦੀ ਦੁਬਾਰੋ। ਅੱਛਾ ਕੱਲਾ ਪੋਚਾ ਲਾ ਲੈਣੀ ਆ ਨਾ, ਹੋਰ ਤੇਰੇ ਮੈਂ ਬਾਪ ਨੂੰ ਲੈ ਕੇ ਆਉਂਗੀ, ਕੋਈ ਕੰਮ ਢੰਗ ਨਾਲ ਨੀ ਕਰਦੀ ਹੈਗੀ ਗੀ। ਦੀਦੀ ਮੇਰੇ ਦਰਦ ਹੋ ਰਹੀ, ਛੱਡ ਦੋ ਨਾ। ਤੂੰ ਕਦੇ ਇਹੋ ਜਿਹਾ ਰਾਜ ਘਰਾਣਾ ਦੇਖਿਆ ਸੀ, ਇਹੋ ਜਿਹਾ ਘਰ ਦੇਖਿਆ ਸੀਗਾ? ਦੀਦੀ ਮੈਨੂੰ ਐਂ ਤਾਂ ਦੱਸ ਦੋ ਮੇਰੀ ਗਲਤੀ ਕੀ ਹੈ, ਮੈਂ ਕੀ ਕਰਾਂ? ਅੱਛਾ ਗਲਤੀ ਕੀ ਹੈ ਨਾ, ਮੇਰਾ 2500 ਵਾਲਾ ਸੂਟ ਮਚਾ ਕੇ ਰੱਖਤਾ, ਤੈਨੂੰ ਅਕਲ ਨਹੀਂ ਹੈਗੀ? 2500 ਨਾ ਜਿਹੜਾ ਪ੍ਰੈਸ ਕਰਦੀ ਸੀ 2500 ਵਾਲਾ। ਦੀਦੀ ਸੌਰੀ, ਗਲਤੀ ਹੋ ਗਈ, ਮੈਂ ਨਾ ਇਹਨਾਂ ਦੇ ਕੱਪੜੇ ਧੋਣ ਆ ਗਈ ਸੀ ਨਾ। ਤੇਰੀ ਗਲਤੀ ਨਾ ਮੇਰਾ ਸੂਟ ਵਾਪਸ ਮੋੜਿਆਊਗਾ। ਸੌਰੀ ਦੀਦੀ, ਗਲਤੀ ਹੋ ਗਈ, ਤੁਸੀਂ ਮੇਰਾ ਕੋਈ ਸੂਟ ਲੈ ਲਿਓ। ਅੱਛਾ ਤੇਰਾ ਸੂਟ ਲੈਣਾ ਨੰਗਣੀ ਦਾ, ਮੈਂ ਤੇਰਾ ਹੈ ਕੀ ਆ, 300-300 ਦਾ ਸੂਟ ਆ ਤੇਰੇ। ਤੂੰ ਕਦੇ 2500 ਰੁਪਏ ਵਾਲਾ ਸੂਟ ਦੇਖਿਆ ਵੀ ਸੀ? ਘਰ ਤਾਂ ਤੂੰ ਸਾਡਾ ਲੁੱਟਣ ਆਈ ਹੈਗੀ, ਨਹੀਂ ਮੇਰੇ ਦਿਓਰ ਦੇ ਪੱਲੇ ਕਿਉਂ ਪੈਂਦੀ ਤੂੰ, ਜੇ ਇੰਨੀ ਰੱਜੇ ਕਰਦੀ ਹੁੰਦੀ। ਮੈਨੂੰ ਸਾਰਾ ਪਤਾ ਗਾ, ਜਿਹੜੀਆਂ ਤੇਰੀਆਂ ਹੱਥ ਚਾਲਾਂ ਨੇ ਨਾ, ਇਹ ਮੈਂ ਤੇਰੇ ਨਾਲ ਪੂਰੀ ਚੜ੍ਹਨ ਦਿੰਦੀ, ਮੂਹਰੇ ਮੈਂ ਹੈਗੀ, ਮੇਰਾ ਦਿਓਰ ਬਾਅਦ ਚ। ਜੇ ਤੂੰ ਸੋਚਦੀ ਹੋਵੇਗੀ ਵੀ ਉਹ ਭੋਲਾ ਭਾਲਾ ਗਾ, ਉਹਨੂੰ ਫਸਾ ਕੇ ਸਾਰਾ ਕੁਛ ਲੁੱਟ ਕੇ ਲੈ ਜਾਊ, ਤੇਰੇ ਅਰਗੀਆਂ ਨੂੰ ਨਾ ਮੈਂ ਮਾਰ ਕੇ ਖਪਾ ਦੂੰਗੀ। ਦੀਦੀ ਸੱਚੀ ਮੇਰੀ ਕੋਈ ਚਾਲ ਨੀ, ਨਾਲੇ ਤੁਸੀਂ ਕੀ ਬੋਲੀ ਜਾਂਦੇ ਹੋ? ਕੀ ਬੋਲੀ ਜਾਂਦੇ ਹੋ? ਨਾਲੇ ਤਾਂ ਮੇਰਾ ਸੂਟ ਠੀਕ ਕਰਦੇ, ਜੇ ਗੱਦਾ ਮੱਚ ਜਾਂਦਾ ਨਾ ਕਿਹਨੇ ਲੈ ਕੇ ਦੇਣਾ ਸੀ ਪਤਾ? 25,000 ਦਾ ਆਇਆ ਸੀ ਗੱਦਾ। ਸੌਰੀ ਦੀਦੀ। ਆ ਤੇਰੀ ਸੌਰੀ ਨਾਲ ਸਾਡਾ ਸਮਾਨ ਵਾਪਸ ਆਜੂ, ਮੇਰੀ ਗੱਲ ਸੁਣ ਲਾ, ਮੇਰੇ ਸਵਾਲ ਨੂੰ ਹਜੇ ਤੂੰ ਜਾਣਦੀ ਨੀ ਹੈਗੀ ਗੀ। ਕੱਪੜੇ ਆਹ ਧੋ ਕੇ ਸੁਕਾ ਕੇ ਸਾਰੇ ਪ੍ਰੈਸ ਕਰਨੇ ਆ, ਜੇ ਕਿਸੇ ਕੰਮ ਚ ਅਣਗਹਿਲੀ ਕੀਤੀ ਹੈ ਨਾ ਮੈਂ ਤੈਨੂੰ ਲਹੂ ਭੇਜੂਗੀ। ਕਰਦੀ ਕੀ ਹੈਗੀ ਨੰਗਾ ਦੀ ਨਾ, ਤੈਨੂੰ ਕੀ ਫਿਕਰ ਹੈਗਾ, ਇਹ ਤਾਂ ਸਾਡਾ ਘਰ ਵਾਰ ਆ, ਤੇਰੇ ਕਿਹੜਾ ਪੈਸੇ ਲੱਗੇ ਜਾਂ ਤੇਰੇ ਬਾਪ ਦੇ, ਇਹ ਤਾਂ ਸਾਡੇ ਲੱਗੇ ਹੋਏ ਨੇ, ਤੈਨੂੰ ਕੀ ਪਤਾ ਵੀ ਮਹਿੰਗੀਆਂ ਚੀਜ਼ਾਂ ਹੁੰਦੀਆਂ ਕੀ ਨੇ ਗੀਆਂ। ਦੀਦੀ ਤੁਸੀਂ ਨਾ ਮੈਨੂੰ ਜੋ ਮਰਜ਼ੀ ਕਹਿ ਲਿਆ ਕਰੋ, ਪਰ ਮੇਰੇ ਪੇਕਿਆਂ ਨੂੰ ਨਾ ਕੁਛ ਬੋਲਿਆ ਕਰੋ। ਅੱਛਾ ਰਕਾਨ ਦੇ ਪੇਕਿਆਂ ਨੂੰ ਨਾ ਕੁਛ ਬੋਲਿਆ, ਕਿਉਂ ਘਸ ਜਾਣਗੇ? ਆਈ ਬੋਲੂਗੀ, ਕਰ ਲਈ ਜੋ ਤੂੰ ਕਰਨਾ ਗਾ। ਮਾਰਦੀ ਆ ਗੱਲਾਂ ਨਾ, ਜੇ ਇੰਨੀ ਅਣਖ ਵਾਲੇ ਸੀ ਕੁਛ ਦੇ ਕੇ ਭੇਜ ਦੇ, ਘਰ ਭਰ ਜਾਂਦਾ ਦਾਜ ਦਾ। ਨਾਲੇ ਮੇਰੇ ਦਿਓਰ ਨੂੰ ਤਾਂ ਇੰਨੇ ਰਿਸ਼ਤੇ ਆਉਂਦੇ ਸੀ ਕਿਸੇ ਮਾਸਟਰਨੀ ਦਾ, ਨਰਸਾਂ ਦੇ, ਡਾਕਟਰਨੀਆਂ ਦੇ, ਆ ਤੂੰ ਪਤਾ ਨੀ ਕਿਹੜੇ ਵੇਲੇ ਪੱਲੇ ਪੈ ਗਈ। ਦੀਦੀ ਮੈਂ ਨਾ ਇੱਥੇ ਕਿਸੇ ਨੂੰ ਲੁੱਟਣ ਨਹੀਂ ਆਈ, ਤੁਹਾਡੇ ਮਨ ਦਾ ਵਹਿਮ ਹੈ ਇਹ। ਅੱਛਾ ਮੇਰੇ ਮਨ ਦਾ ਵਹਿਮ, ਤੈਨੂੰ ਪਤਾ ਮੇਰੀ ਮਾਸੀ ਦੀ ਧੀ ਵਿਆਹੀ ਆ ਉੱਥੇ, ਸਾਰਾ ਪਤਾ ਕਰ ਲਿਆ, ਤੁਹਾਡੀਆਂ ਕਾਲੀਆਂ ਕਰਤੂਤਾਂ ਦਾ, ਨੰਗਾਂ ਦਾ ਪਰਿਵਾਰ,
ਸਾਰਾ ਕੁਝ ਜਾਣਦੀ ਆ ਮੈਂ ਤੁਹਾਡੇ ਬਾਰੇ, ਕਿੰਨੇ ਕੁ ਪਾਣੀ ਚੋਂਗੇ। ਚਲੋ ਦੀਦੀ ਤੁਸੀਂ ਜੋ ਵੀ ਸੋਚਣਾ ਸੋਚੀ ਜਾਓ, ਮੈਨੂੰ ਪਤਾ ਨਾ ਵੀ ਮੈਂ ਸਹੀ ਆ। ਮੇਰੀ ਗੱਲ ਸੁਣ ਲੈ, ਸਹੀ ਦਾ ਜਾਂ ਗਲਤ ਆ ਇਹਦਾ ਫੈਸਲਾ ਤਾਂ ਮੈਨੂੰ ਪਤਾ ਗਾ, ਕਿਉਂਕਿ ਤੇਰੀਆਂ ਕਾਲੀਆਂ ਕਰਤੂਤਾਂ ਮੇਰੇ ਮੂਹਰੇ ਤਾਂ ਆ ਗਈਆਂ, ਮੇਰੇ ਦਿਓਰ ਦੇ ਮੂਹਰੇ ਆਉਣਾ ਬਾਕੀ ਨੇ। ਜਾ ਕੇ ਕੰਮ ਕਰ ਸਾਰਾ। ਦੀਦੀ ਲੈ ਮੈਂ ਲੁੱਟਣ ਨਹੀਂ ਆਈ, ਮੇਰੇ ਤੋਂ ਨੀ ਕੁਛ ਲੁਕਿਆ, ਤਰਨ ਲਹੂ ਪੀ ਜੂ ਮੈਂ ਲਹੂ, ਮੈਨੂੰ ਨੀ ਜਾਣਦੀ ਤੂੰ, ਨਾਲੇ ਇੱਧਰ ਤੋਂ ਕੰਮ ਕਰਾਂ, ਨੌਕਰਾਣੀ ਨਾ ਬਣਾ ਤਾ ਮੇਰਾ ਨਾਂ ਵੀ ਕੰਮੋਂ ਆ, ਨਾਲੇ ਦੁੱਧ ਚੋਂ ਮੱਖੀ ਵਾਂਗ ਕੱਢ ਕੇ ਮਾਰੂ ਘਰੋਂ ਤੈਨੂੰ ਮੈਂ। ਮਾਰਦੀ ਆ ਗੱਲਾਂ। ਸੱਚੀ ਮੇਰੇ ਤੋਂ ਬਾਹਲੀ ਵੱਡੀ ਗਲਤੀ ਹੋਈ ਆ, ਜਿੰਨਾ ਮੈਂ ਚੰਗਾ ਬਣਨ ਦੀ ਕੋਸ਼ਿਸ਼ ਕਰਦੀ ਹਾਂ ਨਾ ਉਨੀ ਮੇਰੇ ਤੋਂ ਗਲਤੀਆਂ ਹੁੰਦੀਆਂ ਨੇ। ਕਿੰਨੀ ਹੁਸ਼ਿਆਰੀ ਕਰਾਂ, ਜਿੰਨੀ ਹੁਸ਼ਿਆਰ ਬਣਦੀ ਹਾਂ ਉਨੀ ਪਿੱਛੇ ਜਾਂਦੀ ਹਾਂ। ਮੈਨੂੰ ਤਾਂ ਲੱਗਦਾ ਨਾ ਜਿਹੜੇ ਦਿਨ ਮੈਂ ਵਿਆਹ ਕਰਵਾਇਆ ਕਿਤੇ ਰੰਗ ਕੀਤੀ ਭਾਰੀ ਸੀ, ਜੇ ਐਂ ਪਤਾ ਹੁੰਦਾ ਮੈਂ ਇੱਕ ਦਿਨ ਹੋਰ ਲੇਟ ਵਿਆਹ ਕਰਾ ਲੈਂਦੀ। ਐਂ ਨਹੀਂ ਪਤਾ ਸੀ ਵੀ ਇਹਨਾਂ ਦੇ ਘਰ ਇੱਕ ਹੋਰ ਚੜੇਲ ਵੀ ਆ, ਮੈਨੂੰ ਤਾਂ ਐਂ ਸੀ ਮੈਂ ਹੀ ਚਲਾਕ ਹਾਂ। ਨਾ ਹੁਣ ਕਰਦੇ ਕੀ ਠੀਕ ਹੈ ਇਹਨੂੰ। ਹਾਂਜੀ ਦੀਦੀ ਕੋਈ ਗੱਲ ਨਹੀਂ, ਮੈਂ ਤੈਨੂੰ ਨਵਾਂ ਲਿਆ ਦੂੰਗੀ। ਅੱਛਾ ਨਵਾਂ ਲਿਆ ਦੇਗੀ, ਠੀਕ ਆ। ਤੇ ਕੰਮ ਕਰਨ ਦਾ ਚੱਜ ਕਦੋਂ ਸਿੱਖੇਗੀ, ਵੀ ਕੰਮ ਵੀ ਕਰਨਾ ਹੁੰਦਾ। ਉਹ ਦੀਦੀ ਉਹਨਾਂ ਦੇ ਕੱਪੜੇ ਨਾ ਕੱਲ੍ਹ ਨਾਲ ਧੋਣੇ ਸੀ ਤਾਂ ਕਰਕੇ ਹੋ ਗਿਆ। ਉਹਨਾਂ ਦੇ ਕੱਪੜੇ, ਮੇਰੇ ਦਿਓਰ ਦੇ ਕੱਪੜੇ ਤਾਂ ਮੈਂ ਵੀ ਧੋ ਲੈਂਦੀ, ਮੈਨੂੰ ਕਹਿ ਦਿੰਦੀ। ਕੱਲ੍ਹ ਸੀ ਨਾ ਤਾਂ। ਕੱਲ੍ਹ ਸੀ, ਠੀਕ ਆ। ਹੁਣ ਇਹਦਾ ਤਾਂ ਕੁਛ ਬਣਦਾ ਨਹੀਂ, ਤੇਰਾ ਜ਼ਰੂਰ ਬਣ ਜੂਗਾ। ਮੇਰਾ? ਹਾਂ। ਕਿਉਂ? ਨਹੀਂ ਨਹੀਂ ਮੈਂ ਕਿਹਾ ਚੂੜਾ ਚਾੜਾ ਤਾਰ ਤਾ ਤੂੰ, ਹੈਨਾ। ਭਾਂਡੇ ਮਾਂਜੇ, ਟੋਕਰਾ ਪਿਆ ਗਾ ਤੇ ਕੱਪੜੇ ਕੱਢ ਦੀ, ਠੀਕ ਹੈ ਨਾ। ਹੁਣ ਮੈਂ ਕਿਵੇਂ ਕੰਮ ਕਰ ਸਕਦੀ ਆ? ਕੋਈ ਨਾ, ਮਰੀ ਤਾਂ ਨੀ ਮੱਚੀ ਤਾਂ ਨੀ, ਬਾਅਦ ਗਰਮ ਪ੍ਰੈਸ ਹੀ ਲੱਗੀ ਹੈਗੀ ਤੇ ਨਾਲੇ ਬਣ ਗਈਆਂ ਨੇ। ਇੱਥੇ ਸਫਾਈਆਂ ਜਿਹੀਆਂ ਦੇਣ ਦੀ ਲੋੜ ਨਹੀਂ, ਜੇ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਤੂੰ ਸਫਾਈਆਂ ਜਿਹੀ ਦਿੰਦੀ ਫਿਰਦੀ ਆ, ਇਹ ਦੇਖ ਲਈ ਤੇਰਾ ਜੁੱਲੀ ਬਿਸਤਰਾ ਨਾ ਘਰ ਤੋਂ ਬਾਹਰ ਹੋਊਗਾ, ਉਹ ਤਾਂ ਮੈਂ ਕਰਨਾ ਹੀ ਆ। ਪਰ ਕੋਈ ਨਾ, ਮੈਨੂੰ ਵੀ ਜਾਣ ਲਾ ਨਾ ਮੈਂ ਕੀ ਚੀਜ਼ ਆ, ਤੈਨੂੰ ਤਾਂ ਮੈਂ ਜਾਣ ਦੋ ਹੀ ਆ, ਤੂੰ ਕੀ ਚੀਜ਼ ਆ। ਜਿਹੜਾ ਸ਼ਰੀਫੀ ਦਾ ਆ ਮਖੌਟਾ ਸ਼ਰੀਫ ਹੋਣ ਦਾ ਮੂੰਹ ਜਿਹਾ ਬਣਾ ਕੇ ਫਿਰਦੀ ਆ, ਇਹ ਤਾਂ ਮੈਂ ਇੱਕ ਦਿਨ ਤੇਰਾ ਮੂੰਹ ਤੋਂ ਤਾਰ ਕੇ ਤੈਨੂੰ ਪਿੰਡ ਚ ਗੇੜਾ ਨਾ ਦਵਾਇਆ, ਮੇਰਾ ਨਾ ਵੀ ਕੰਮੋ ਨਹੀਂ ਹੈਗਾ। ਦੀਦੀ ਤੁਸੀਂ ਨਾ ਮੇਰੇ ਵਾਸਤੇ ਸੱਚੀ ਬਹੁਤ ਵੱਡੀ ਗਲਤ ਫਹਿਮੀ ਲਈ ਫਿਰਦੇ ਹੋ, ਮੈਂ ਤਾਂ ਤੁਹਾਨੂੰ ਆਪਣੀ ਵੱਡੀ ਭੈਣ ਸਮਝਦੀ ਹਾਂ। ਵੱਡੀ ਭੈਣ ਉਹ ਵੀ ਮੈਨੂੰ, ਪਰ ਮੈਂ ਤੈਨੂੰ ਆਪਦੀ ਛੋਟੀ ਭੈਣ ਨਹੀਂ ਸਮਝਦੀ, ਕਿਉਂਕਿ ਮੈਨੂੰ ਤੇਰੀਆਂ ਕਾਲੀਆਂ ਕਰਤੂਤਾਂ ਨਾ ਸਾਰੀਆਂ ਪਤਾ ਨੇ। ਜਿਹੜਾ ਸ਼ਰੀਫ ਜਿਹਾ ਬਣਦੀ ਆ ਮੇਰੇ ਮੂਹਰੇ ਤਾਂ ਨਾ ਹੀ ਬਣਿਆ ਕਰ, ਕਿਉਂਕਿ ਜੇ ਪਤਾ ਲੱਗ ਜਾਏ ਨਾ ਬੰਦੇ ਨੂੰ ਵੀ ਅੰਦਰੋਂ ਕੀ ਆ ਤੇ ਬਾਹਰੋਂ ਕੀ, ਉਦੋਂ ਨਾਟਕ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਗਾ। ਦੀਦੀ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਹੁਣ? ਮੈਨੂੰ ਸਮਝਾਉਣ ਦੀ ਲੋੜ ਨਹੀਂ, ਆਪ ਬਾੜਲਾ ਖਾਨੇ 'ਚ ਕਿ ਤੇਰੇ ਇੱਥੇ ਦਿਨ ਥੋੜ੍ਹੇ ਰਹਿ ਗਏ ਨੇ, ਜੁੱਲੀ ਬਿਸਤਰਾ ਗੋਲ ਕਰਕੇ ਰੱਖ। ਦੀਦੀ ਇਹ 'ਚ ਮੇਰਾ ਕੀ ਕਸੂਰ ਆ, ਜੇ ਮੈਂ ਗਰੀਬ ਕਰਦੀ ਹਾਂ ਮੈਨੂੰ ਨਾ ਸਾਰਾ ਪਤਾ, ਮੈਂ ਕੋਈ ਸਮਾਨ ਨਹੀਂ ਲੈ ਕੇ ਆਈ ਨਾ, ਤੁਸੀਂ ਤਾਂ ਹੀ ਮੇਰੇ ਨਾਲ ਐਵੇਂ ਕਰਦੇ ਹੋ।
ਕਿ ਮੈਂ ਸਮਾਨ ਨਹੀਂ ਲੈ ਕੇ ਆਈ, ਤੁਸੀਂ ਮੇਰੇ ਨਾਲ ਤਾਂ ਹੀ ਆਏ ਕਰਦੇ ਹੋ। ਮੈਂ ਤਾਂ ਤੈਨੂੰ ਇਸ ਘਰ ਦੀ ਬਹੂ ਹੀ ਨਹੀਂ ਸਮਝਦੀ, ਮੈਨੂੰ ਤੇਰੇ ਸਮਾਨ ਤੱਕ ਕੀ ਆਸ? ਤੂੰ ਛੱਡ ਕੇ ਜਾ ਤਾਂ ਸਹੀ, ਮੈਂ ਤਾਂ ਲੈਣਾ ਲਾ ਦੂੰ ਅਗੇ ਜ਼ੋਰ ਖਾਤਰ ਕੁੜੀਆਂ ਦੀਆਂ, ਤੇਰੇ ਵਰਗੀ ਮੋਮੋ ਠਗਣੀ ਦੀ ਨਹੀਂ ਸਾਨੂੰ ਜ਼ਰੂਰਤ। ਜਿਹੜਾ ਤੂੰ ਉਹਦੇ ਦਿਲ ਚ ਘਰ ਕੀਤਾ ਨਾ, ਇਹ ਤਾਂ ਇੱਕ ਦਿਨ ਮੈਂ ਖਾਲੀ ਕਰਾਈ ਲੈਣਾ ਗਾ। ਰਹੀ ਗੱਲ ਆ ਸਮਾਨ ਸਮੂਣ ਦੀ, ਇੰਨੇ ਮਿੰਟਾਂ ਚ ਟਰੱਕਾਂ ਦੇ ਟਰੱਕ ਖੜੇ ਹੋ ਜਾਣਗੇ ਸਾਡੇ ਦਰਵਾਜ਼ੇ ਚ। ਜਾ ਮੇਰੇ ਵਾਸਤੇ ਘੁੱਟ ਦੁੱਧ ਗਰਮ ਕਰ ਦੇ, ਨਾਲੇ ਮੇਰੀ ਗੱਲ ਸੁਣ ਲੈ, ਸਾਡੇ ਦੂਜੇ ਕਮਰੇ ਚ ਪੈ ਤਾਂ ਜਾਂਦੀ ਆ ਬਿੱਡਾਂ ਤੇ, ਚਾਦਰ ਚੂਦਰ ਵੀ ਧੋ ਦਿਆ ਕਰ ਉਹਦੀ। ਇਹ ਤਾਂ ਜਮੀ ਬੇੜਾ ਬਹਿ ਗਿਆ, ਇੰਨਾ ਦੁੱਖ ਕਰਕੇ ਰੱਖਤਾ ਮੇਰੀ ਬਾਂਹ ਤੇ, ਇਹਨੂੰ ਕੋਈ ਪੁੱਛਣ ਵਾਲਾ ਹੋਵੇ ਡੈਣ ਨੂੰ, ਹੁਣ ਸਾਰੇ ਘਰ ਦੇ ਕੰਮ ਕਿਵੇਂ ਹੋਣਗੇ? ਨਾਲੇ ਤਾਂ ਮੈਂ ਤਾਂ ਗੋਲਾ ਧੰਦਾ ਕਰਾਂ, ਨਾਲੇ ਤੋਂ ਛਿੱਤਰ ਖਾਵਾਂ। ਮੇਰੀ ਵੀ ਨਾ ਕਿਸਮਤ 'ਚ ਰੱਬ ਨੇ ਛਿੱਤਰ ਹੀ ਲਿਖੇ ਹੋਏ, ਨਹੀਂ ਲੱਗਦਾ। ਮੈਨੂੰ ਕਹਿ ਦਿੰਦੀ ਵੀ ਦਰਦ ਹੁੰਦੀ ਆ, ਹੋਰ ਨਹੀਂ ਇਹਨੇ ਪ੍ਰੈਸ ਦਾ ਗੜਾ ਛੱਡਣਾ ਸੀ। ਚਲੋ ਕੋਈ ਨਾ ਮਨਾ, ਆ ਥੋੜ੍ਹੇ ਜਿਹੇ ਦਿਨ ਹੋਰ ਆ, ਕੱਟ ਲਾ ਔਖਾ। ਦਿਮਾਗ ਕਿੱਥੇ ਹੈਗਾ? ਕਿਉਂ ਕੀ ਹੋਇਆ ਮੇਰੇ ਦਿਮਾਗ ਨੂੰ? ਦੇਖ ਮੇਰੀ ਗੱਲ ਨਾ ਧਿਆਨ ਨਾਲ ਸੁਣ ਲਈ, ਮੈਂ ਤੇਰੇ ਘਰ ਦੀ ਨੂੰ ਮਾੜੀ ਨਹੀਂ ਕਹਿੰਦੀ ਹੈਗੀ। ਬੰਦਾ ਤੂੰ ਬਾਹਰ ਗਿਆ ਨਾ, ਪਤਾ ਨੀ ਕਿਹਦੇ ਨਾਲ ਗੱਲਾਂ ਮਾਰ ਗੰਢੇ ਨਾਲ ਬਾਅਦ ਚ ਕੱਟਾ ਕੜੱਤਣ ਪੈਂਦੀ ਹੈਗੀ, ਪਤਾ ਨੀ ਕਿਹਦੇ ਨਾਲ ਗੱਲਾਂ ਮਾਰਨ ਲੱਗੀ ਹੈਗੀ। ਠੀਕ ਹੈ, ਉੱਤੋਂ ਹੋਰ ਦੀ ਹੋਰ ਮੈਂ ਤਾਂ ਕੁਛ ਬੋਲੀ ਨਹੀਂ, ਮੇਰਾ ਸੂਟ ਸਾੜਤਾ 2500 ਰੁਪਏ ਦਾ। ਪਤਾ ਨੀ ਗੱਲਾਂ ਕਰਦੀ ਹੋਣੀ ਆ, ਧਿਆਨ ਕਿਸੇ ਹੋਰ ਪਾਸੇ ਹੋਣਾ, ਪ੍ਰੈਸ ਪ੍ਰੁੱਸ ਲਵਾਈ ਬੈਠੀ ਆ। ਮੈਂ ਕੁੜੇ ਕੜੀ ਬਣਾ ਲਾ, ਕਹਿੰਦੀ ਮੇਰੀ ਤਾਂ ਬਾਂਹ ਦੁਖਦੀ ਹੈਗੀ। ਵੀ ਦੱਸ ਘਰ ਦੇ ਕੰਮ ਕੌਣ ਕਰੂਗਾ? ਮੇਰੀ ਗੱਲ ਸੁਣ ਛੋਟੇ, ਉਹਨੂੰ ਸਮਝਾ ਲਾ, ਠੀਕ ਹੈ ਨਾ? ਦੇਖ ਜੇ ਹੁਣ ਮੇਰੇ ਨਾਲ ਹੱਥ ਨਹੀਂ ਪਟਾਓ, ਮੈਂ ਕੱਲੀ ਸਾਰੀ ਦਿਹਾੜੀ ਕਿਵੇਂ ਕੰਮ ਕਰੂੰਗੀ? ਤੈਨੂੰ ਪਤਾ ਹੀ ਹੈ, ਬਾਕੀ ਮੈਂ ਤਾਂ ਤੈਨੂੰ ਪੁੱਤਾਂ ਮੁੱਗੂ ਸਮਝਦੀ ਹੈਗੀ, ਹੁਣੇ ਤਾਂ ਮੇਰੀ ਇੰਨੀ ਬੇਇੱਜ਼ਤੀ ਕੀਤੀ, ਮੈਂ ਤਾਂ ਭਾਈ ਚੁੱਪ ਕਰਕੇ ਬਾਹਰ ਆ ਗਈ। ਦੇਖ ਭਾਬੀ ਰੋਣਾ ਐ ਮਨ ਹੋਣਾ ਨਾ ਕਰ, ਨਾਲੇ ਮੈਨੂੰ ਚੰਗੀ ਤਰ੍ਹਾਂ ਪਤਾ ਗਾ ਉਹਨਾਂ ਦੇ ਡੈਡੀ ਨਾਲ ਗੱਲ ਕਰਦੀ ਹੋਣੀ ਆ, ਹੋਰ ਉਹਨੇ ਕਿਹਦੇ ਨਾਲ ਗੱਲ ਕਰਨੀ ਆ? ਆਹੋ ਤੈਨੂੰ ਭਾਬੀ ਤੇ ਕਿੱਥੇ ਯਕੀਨ, ਭਾਬੀ ਤਾਂ ਝੂਠ ਬੋਲਦੀ ਹੈਗੀ। ਨਾਲੇ ਭਾਈ ਤੇਰਾ ਘਰ ਹੈਗਾ ਹਨਾ, ਜੋ ਮਰਜ਼ੀ ਕਰੇ, ਮੈਨੂੰ ਕੀ ਲੋੜ ਆ? ਨਾਲੇ ਮੇਰੀ ਗੱਲ ਸੁਣ, ਆ ਦੋ ਦੋ ਘੰਟੇ ਗੱਲਾਂ ਥੋੜ੍ਹਾ ਹੁੰਦੀਆਂ ਨੇ। ਨਾਲੇ ਉਹਨੂੰ ਫੋਨ ਤੇ ਪਤਾ ਕੀ ਕਹੀ ਜਾਂਦੀ ਸੀਗੀ, ਕੋਈ ਨਾ ਟੈਨਸ਼ਨ ਨਾ ਲੈ, ਪਿਆਰ ਤਾਂ ਮੈਂ ਤੈਨੂੰ ਹੀ ਕਰਦੀ ਹੈਗੀ। ਦੱਸ ਫਿਰ ਪਿਓ ਨੂੰ ਕੋਈ ਐਂ ਕਹੂਗਾ? ਉਹ ਤਾਂ ਪਤਾ ਹੀ ਹੈ ਪਿਓ ਨੂੰ ਵੀ ਆਪਦੇ ਜਵਾਕਾਂ ਨੂੰ ਪਿਆਰ ਕਰਦਾ ਹੀ ਹੁੰਦਾ ਪਿਓ। ਤੈਨੂੰ ਯਕੀਨ ਨੀ, ਹਜੇ ਤਾਂ ਮੇਰਾ ਸੂਟ ਮਚਾਤਾ, ਹਜੇ ਗੱਦਾ ਮਚ ਜਾਣਾ ਸੀਗਾ, ਘਰ ਚ ਤਾਂ ਉਹਦੀ ਜਮਾ ਗੌਰ ਨੀ ਹੈਗੀ ਗੀ। ਮੈਂ ਵੀ ਕਹਾਂ ਪਹਿਲਾਂ ਮੈਂ ਲਾਇਆ ਘੰਟਾ ਪਹਿਲਾਂ ਫੋਨ ਕੋ ਬਿਜੀ ਆਈ ਜਾਂਦਾ ਗਾ। ਹੋਰ ਹੁਣ ਦੱਸ ਮੈਂ ਝੂਠ ਬੋਲੂੰਗੀ? ਬਾਕੀ ਭਰਾਵਾ ਤੇਰਾ ਘਰ ਆ ਹਨਾ, ਤੈਨੂੰ ਪਤਾ ਤੂੰ ਕਿਵੇਂ ਸਾਂਭਣਾ ਗਾ, ਭਰਜਾਈਆਂ ਤੇ ਤਾਂ ਦਿਓਰ ਘੱਟ ਹੀ ਯਕੀਨ ਕਰਦੇ ਹੁੰਦੇ ਹੈਗੇ। ਚੱਲ ਭਾਬੀ ਤੂੰ ਟੈਨਸ਼ਨ ਨਾ ਲੈ, ਮੈਂ ਕਰਦਾ ਗੱਲ। ਵੀ ਟੈਨਸ਼ਨ ਕਿਉਂ ਨਾ ਲਵਾਂ, ਅੱਖੀ ਤੇਰਾ ਘਰ ਉੱਜੜਾ ਦਾ ਥੋੜ੍ਹਾ ਵੇਖ ਸਕਦੀ ਹੈਗੀ। ਦੱਸ ਮੇਰੇ ਸਾਹਮਣੇ ਇਹੋ ਜਿਹੀਆਂ ਕਰਤੂਤਾਂ ਕਰੀ ਜਾਵੇ ਤੇ ਮੈਂ ਚੁੱਪ ਰਹਿ ਜਾ? ਭਾਬੀ
ਮੈਂ ਨਾ ਕਦੋਂ ਦਾ ਕਿਹਾ ਇਹਨੂੰ ਕੱਪੜਿਆਂ ਬਾਰੇ, ਹਜੇ ਮੇਰੇ ਕੱਪੜੇ ਖਾਏ ਪਤਾ ਨਹੀਂ ਧੋਤੇ ਹੋਣਗੇ ਪਤਾ ਨਹੀਂ ਨਾ, ਨਾਲੇ ਤੇਰੇ ਰਹੀ ਗੱਲ ਸੂਟ ਵਾਲੀ, ਉਹ ਮੈਂ ਤੈਨੂੰ ਕੋਈ ਹੋਰ ਲਿਆ ਦੂੰ ਜਾਂ ਮੈਂ ਤੁਹਾਨੂੰ ਪੈਸੇ ਦੇ ਦੇ। ਲੈ ਦੇ ਔਰ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ ਗਾ, ਠੀਕ ਹੈ ਨਾ, ਪਹਿਲਾਂ ਕਿਹੜਾ ਤੂੰ ਮੈਨੂੰ ਕਦੇ ਜਵਾਬ ਦਿੱਤਾ, ਨਾਲੇ ਤੇਰਾ ਵੀਰਾ ਹੀ ਨਹੀਂ ਚੀਜ਼ਾਂ ਮੁੱਕਣ ਦਿੰਦਾ। ਬਾਕੀ ਗੱਲ ਇਹਦੀ ਦੇਖ ਲਾ, ਜਿੱਦਾਂ ਦੀ ਆਈ ਆ ਤੈਨੂੰ ਟਾਈਮ ਸਿਰ ਕੋਈ ਚੀਜ਼ ਮਿਲੀ ਆ? ਦੇਖ ਜਦੋਂ ਤੇਰਾ ਵਿਆਹ ਨਹੀਂ ਸੀ ਹੋਇਆ, ਕੱਪੜੇ ਧੋਤੇ ਸਵਾਰੇ ਪ੍ਰੈਸ ਕੀਤੇ, ਨਾਲੇ ਜਿਹੜੀ ਚੀਜ਼ ਕਹਿੰਦਾ ਸੀ ਖਾਣ ਨੂੰ ਉਹੀ ਬਣਾ ਕੇ ਦਿੰਦੀ ਸੀ। ਜਿੱਦਾਂ ਦੀ ਇਹ ਆ ਗਈ ਤੂੰ ਰੋਟੀ ਵੱਲੋਂ ਵੀ ਤਰਸਦਾ ਫਿਰਦਾ ਗਾ। ਬਾਬੀ ਮੈਂ ਸਮਝਾ ਕੇ ਦੇਖਦਾ ਉਹਨੂੰ, ਸਮਝੂਗੀ। ਕੀ ਸਮਝੂਗੀ, ਜਾਂ ਤਾਂ ਸਮਝਾ ਲਾ, ਸਮੇਂ ਨਾਲ ਨੱਥ ਪਾ ਲਾ, ਹਜੇ ਤਾਂ ਸਮਾਂ ਹੈਗਾ, ਨਹੀਂ ਛੱਡ ਪਰਾਂ, ਤਲਾਕ ਦੇ ਦੇ, ਤੈਨੂੰ ਕੁੜੀਆਂ ਦਾ ਘੱਟ ਆਗਾ। ਦੱਸ ਨਾ ਨਾ ਬਾਬੀ, ਇਹੀ ਗੱਲ ਕਾਹਨੂੰ ਕਰਨੀ ਗੀ, ਮਸਾਂ ਮਸਦਾ ਮੈਂ ਲਵ ਮੈਰਿਜ ਕਰਾਈ ਆ, ਫਿਰ ਲੋਕ ਕੀ ਕਹਿਣਗੇ? ਲਵ ਮੈਰਿਜ ਕਰਾਈ ਆ ਤਾਂ ਹੀ ਦਿੰਦੀ ਆ ਥਾਲ ਚ ਕੂੜੇ ਲਾ ਕੇ ਤੈਨੂੰ ਮਾਰਦਾ ਗੱਲਾਂ, ਉਹਦੇ ਪਤਾ ਲੱਗੂਗਾ ਜਿੱਦੇ ਕਿਸੇ ਨਾਲ ਫੁਰ ਹੋ ਗਈ, ਝਾਕੇਗਾ ਫਿਰ ਇੱਥੇ। ਚਲ ਪਾਪੀ ਮੈਂ ਸਮਝਾਉਣਾ ਉਹਨੂੰ, ਕਰਦਾ ਗੱਲ ਉਹਦੇ ਨਾਲ, ਦੇਖ ਲਾ ਕਰਕੇ ਜੇ ਮੰਨ ਲਓ, ਸਾਡੀ ਤਾਂ ਕਿਹਨੇ ਸੁਣਨੀ ਹੈਗੀ। ਹਾਏ ਨਾਲੇ ਤਾਂ ਭਾਬੀ ਦਾ ਸੂਟ ਫੂਕਤਾ, ਹਲੇ ਭਾਬੀ ਦਾ ਇਲਜ਼ਾਮ ਲਾਉਣੀ ਹੈ ਕਿ ਉਹਨੇ ਮੇਰੇ ਪ੍ਰੈਸ ਲਾਤੀ ਹੈ। ਮੈਂ ਸਾਰਾ ਕੰਮ ਨਿਬੇੜ ਕੇ ਡੈਡੀ ਨਾਲ 10 ਮਿੰਟ ਗੱਲ ਕੀਤੀ ਸੀ, 10 ਮਿੰਟ ਤਾਂ ਕੀਤੀ ਵੀ ਨਹੀਂ ਹੋਣੀ। ਦੀਦੀ ਉਹਦੀ ਰਸੋਈ 'ਚ ਲੈ ਗਿਆ ਮੈਨੂੰ ਖਿੱਚ ਕੇ, ਨਾਲੇ ਮੇਰਾ ਬਾਪੂ ਵਿਚਾਰਾ ਪਤਾ ਨਹੀਂ ਕੀ ਸੋਚਦਾ ਹੋਊਗਾ ਵੀ ਇਹਨੂੰ ਉੱਥੇ ਕੰਮ ਵਾਲੀ ਬਣਾ ਕੇ ਰੱਖਿਆ ਹੋਇਆ। ਅਤੇ ਦੂਜੀ ਗੱਲ, ਤੁਹਾਨੂੰ ਸੂਟ ਦੀ ਫਿਕਰ ਹੋ ਗਈ ਦੀਦੀ ਦੇ, ਮੇਰੀ ਬਾਂਹ ਦੀ ਕੋਈ ਸੋਚ ਨਹੀਂ, ਤਾਂ ਹੀ ਵਿਆਹ ਕਰਵਾਇਆ ਸੀ ਵੀ ਇੱਥੇ ਮੈਂ ਕੁੱਟ ਖਾਈ ਜਾਇਆ ਕਰਾਂ ਸਾਰੇ ਟੱਬਰ ਤੋਂ। ਫਿਰ ਹੁਣ ਭਾਬੀ ਨੂੰ ਵੀ ਇੱਕ ਗੱਲ ਮੈਂ ਖੜਾਈ ਆ, ਉਹ ਲੜ ਪੈਂਦੀ ਐਵੇਂ ਫਾਇਦਾ ਕੀ ਹੈਗਾ? ਮੈਂ ਤਾਂ ਇਹ ਕਿਹਾ ਵੀ ਤੈਨੂੰ ਹੋਰ ਲੈ ਕੇ ਦੇ ਦਾਂਗੇ, ਮੈਂ ਗਲਤ ਕੀਤਾ ਕੁਛ? ਤੁਹਾਨੂੰ ਕੀ ਲੱਗਦਾ ਇਹ ਲੜਨ ਨਾਲੋਂ ਹਜੇ ਘੱਟ ਆ? ਮਸ਼ੀਨ ਕੋਲ ਬਾਹਰ ਮੈਨੂੰ ਇੰਨਾ ਕੁੱਟਿਆ ਵਾਲਾਂ ਤੋਂ ਫੜ ਫੜ ਕੇ, ਰਹਿੰਦੀ ਖੁੰਹਦੀ ਪ੍ਰੈਸ ਲਾਤੀ, ਉੱਪਰ ਪਤਾ ਤੁਹਾਨੂੰ ਮੈਂ ਮੱਛੇ ਹੋਈ ਬਾਂਹ ਨਾਲ ਕਿੰਨੇ ਔਖੇ ਭਾਂਡੇ ਮਾਂਜੇ ਨੇ, ਨਾਲੇ ਰੋਟੀ ਬਣਾਈ ਆ। ਬਸ ਕਰ ਯਾਰ, ਤੂੰ ਭਾਬੂ ਨੂੰ ਭਾਬੀ ਨਹੀਂ ਮਿਲਣਾ ਹੁੰਦਾ ਨਾ, ਨਾ ਬੁਲਾਇਆ ਕਰ, ਆਹ ਇਲਜ਼ਾਮ ਜਿਹੜਾ ਲਾ ਵੀ ਤੈਨੂੰ ਕੁੱਟਿਆ ਮਾਰਿਆ ਜਾਂ ਇਹ ਕਰਤਾ। ਚੰਗਾ, ਤੁਹਾਨੂੰ ਨਹੀਂ ਯਕੀਨ ਹੈਗਾ ਨਾ, ਮੈਂ ਤੁਹਾਨੂੰ ਕੱਲ੍ਹ ਨੂੰ ਸਾਰੇ ਹੀ ਪ੍ਰੂਫ ਦੇ ਦੂੰਗੀ, ਤੁਸੀਂ ਐਂ ਕਰਿਓ ਡਿਊਟੀ ਜਾਇਓ ਨਾ, ਅਤੇ ਦੇਖ ਲਿਓ ਵੀ ਭਾਬੀ ਕੀ ਕਰਦੀ ਹੈ ਮੇਰੇ ਨਾਲ, ਇੱਕ ਵਾਰੀ ਤੁਸੀਂ ਕਹਿ ਕੇ ਘਰੋਂ ਚਲੇ ਜਾਓ ਕਿ ਹਾਂ ਮੈਂ ਜਾਣਾ ਕੰਮ 'ਤੇ, ਤੁਹਾਨੂੰ ਵੀ ਪਤਾ ਲੱਗੇ ਮਾੜਾ ਮੋਟਾ ਵੀ ਘਰ 'ਚ ਹੁੰਦਾ ਕੀ ਆ। ਕੁੱਟਿਆ? ਦੇਖ ਰਹੀ ਤਾਂ ਭਾਬੀ ਤੇ ਐਵੇਂ ਨਾ ਇਲਜ਼ਾਮ ਨਾ ਲਾ, ਤੇਰੇ ਆਉਣ ਤੋਂ ਪਹਿਲਾਂ ਨਾ ਭਾਬੀ ਘਰ ਦਾ ਸਾਰਾ ਕੰਮ ਕਰਦੀ ਰਹੀ ਆ, ਕਦੇ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਸੀਗਾ, ਮੈਂ ਤੈਨੂੰ ਤਾਂ ਕਰਕੇ ਕਹਿਣਾਗਾ, ਠੀਕ ਆ? ਜੋ ਭਾਬੀ ਬਾਰੇ ਤੂੰ ਮਾੜਾ ਕਹਿਣੀ ਆ ਉਹ ਤਾਂ ਕਹਿ ਲਿਆ ਕਰ, ਪਰ ਇਹੋ ਜਿਹੇ ਇਲਜ਼ਾਮ ਤਾਂ ਨਾ ਲਾ ਯਾਰ ਕਿ ਮੈਨੂੰ ਕੁੱਟਦੀ ਮਾਰਦੀ ਹੈਗੀ, ਤੇਰੇ ਕੋਲ ਕੀ ਸਬੂਤ ਆ ਕਰਨ ਵਾਲੇ? ਠੀਕ ਆ, ਮੈਂ ਮਾੜੀ ਆ, ਮੰਨ ਲਿਆ, ਮੈਂ ਕਿਹਾ ਨਾ ਵੀ ਕੱਲ੍ਹ ਨੂੰ ਸਾਰੇ ਪ੍ਰੂਫ ਮਿਲ ਜਾਣਗੇ, ਤੁਸੀਂ ਇੱਕ ਵਾਰੀ ਰਹੋ ਤਾਂ ਸਹੀ ਘਰੇ, ਆਸਾ ਚਲੋ ਛੁੱਟੀ ਹੈ ਤੁਹਾਨੂੰ, ਭਾਬੀ ਨੂੰ ਪਤਾ ਹੀ ਆ ਤੁਸੀਂ ਘਰੇ ਹੋ। ਦੇਖ ਲਾ ਰੀਤਾ, ਜੇ ਕੋਈ ਗੱਲ ਗਲਤ ਨਿਕਲੀ ਇਹਦੇ ਵਿੱਚੋਂ ਫਿਰ ਮੈਂ ਭੁੱਲ ਜੂੰਗਾ ਫਿਰ ਸਾਰਾ ਕੁਛ। ਹੁਣ ਵੀ ਤਾਂ ਤੁਸੀਂ ਭੁੱਲੇ ਬੈਠੇ ਹੋ, ਯਾਦ ਕੀ ਹੈ ਤੁਹਾਨੂੰ? ਉਹ ਯਾਰ ਨਹੀਂ ਭੁੱਲਿਆ ਹੈਗਾ, ਤੂੰ ਗੱਲ ਨੂੰ ਸਮਝਿਆ ਕਰ, ਨਾਲੇ ਚੱਲ ਆ ਜਾ ਤੇਰੀ ਬਾਹਰ ਡਾਕਟਰ ਨੂੰ ਦਿਖਾ ਕੇ ਆਈਏ। ਬਸ ਲੋੜ ਨਹੀਂ ਹੈਗੀ, ਇੰਨਾ ਕੁਛ ਬੋਲ ਕੇ ਜੀ ਮੈਂ ਡਾਕਟਰ 'ਤੇ ਜਾਊਂਗੀ। ਉਹ ਚੱਲ ਸੋਰੀ ਯਾਰ, ਮੈਂ ਤੁਹਾਨੂੰ ਜੇ ਬੋਲਿਆ ਪਰ ਮੈਂ ਕੋਈ ਗਲਤ ਵੀ ਕੀ ਕਿਹਾ, ਦੱਸ ਮੈਨੂੰ ਕੁਝ ਗਲਤ ਕਿਹਾ? ਨਹੀਂ ਕੁਛ ਨਹੀਂ ਕਿਹਾ ਨਾ, ਤੁਹਾਨੂੰ ਤਾਂ ਭਾਬੀ ਦਿਖਦੀ ਆ, ਜਿਹਨੂੰ ਛੇੜ ਕੇ ਲਿਆਉਂਦਾ ਤਾਂ ਨਹੀਂ ਦਿਖਦੀ। ਚੱਲ ਮੇਰੀ ਗੱਲ ਸੁਣ, ਮੈਂ ਤੈਨੂੰ ਨਾ 2G ਲਿਆ ਦੇਣਾ ਲੈ ਕੇ ਮੈਡੀਕਲ ਤੋਂ, ਉਹ ਲਾ ਲਿਓ। ਚੰਗਾ, ਜੇ ਨਹੀਂ ਜਾਣਾ ਡਾਕਟਰ ਕੋਲ, ਵੈਸੇ ਤਾਂ ਠੀਕ ਹੈ, ਜ਼ਿਆਦਾ ਨਹੀਂ ਲੱਗੀ।
ਕਿੱਧਰ ਚੱਲਿਆ ਗਾ? ਬਾਜ ਮਾਰਦੀ ਲੱਗੀ। ਹਾਂ ਵੀ ਗੱਲ ਸੁਣ ਮੇਰੀ। ਆਇਆ ਹਾਂ, ਕਿੱਧਰ ਚੱਲਿਆ? ਉਹ ਕੁਛ ਨੀ ਭਾਬੀ, ਜਿਹੜਾ ਉਹ ਇਹਦੇ ਬਾਹਰ ਤੇ ਉਹ ਲੱਗ ਗਈ ਨਾ, ਉਹਦੇ ਲਈ ਟੂਬ ਜੀ ਲੈ ਕੇ ਆਉਣਾ ਇੱਕ। ਲੱਛਣ ਕਰਦੀ ਹੈ ਕੀ ਘਰ ਦਾ ਕੰਮ ਦਾ ਕੁਛ ਫਿਕਰ ਨਹੀਂ ਆ। ਹੋਰ ਭਾਬੀ ਮੈਂ ਕੁਛ ਮੈਂ ਕਹਿਣ ਲੱਗਾ ਹੁਣ ਮਾਰੇ। ਮੇਰੀ ਗੱਲ ਸੁਣ ਠੀਕ ਹੈ ਨਾ, ਐ ਨੀ ਜੇ ਮੈਂ ਕਹੂੰਗੀ ਗੱਲਾਂ ਹੋਰ ਬਣ ਜਾਂਦੀਆਂ ਨੇਗੀਆਂ। ਉਹਨੇ ਤਾਂ ਮੇਰੀ ਗੱਲ ਸੁਣ, ਮੈਨੂੰ ਤਾਂ ਆਹੀ ਡਰ ਲੱਗਦਾ ਰਹਿੰਦਾ ਕਦੇ ਮੇਰਾ ਨਾਂ ਨਾ ਲੈ ਦੇ ਭਾਬੀ ਮੇਰੇ ਨਾਲ ਐਂ ਕਰਦੀ ਹੈ, ਕਿਉਂਕਿ ਆਪਣੇ ਚ ਫਰਕ ਪਵਾਊਗੀ। ਠੀਕ ਹੈ ਨਾ? ਨਾ ਨਾ ਭਾਬੀ, ਮੈਂ ਉਹਦੇ ਪਿੱਛੇ ਥੋੜੀ ਲੱਗੂਗਾ, ਜਿਹੜੀ ਗੱਲ ਸਹੀ ਹੈ ਤਾਂ ਕਹੂੰਗਾ ਮੈਂ, ਸਹੀ ਤਾਂ ਸਹੀ ਹੈ ਗੱਲ। ਆਹੋ ਮੇਰੀ ਗੱਲ ਸੁਣ ਲਾ, ਸਮਝਾ ਕੇ ਰੱਖ ਲਾ। ਨਹੀਂ ਭਾਈ, ਜੇ ਘਰ ਵਿਗੜ ਗਿਆ, ਕੱਲ ਨੂੰ ਕੁਛ ਖਰਾਬ ਹੋ ਗਿਆ, ਮੁੜ ਕੇ ਨਾ ਕਹੀਂ ਭਾਬੀ ਨੇ ਮੈਨੂੰ ਸਮਝਾਇਆ। ਨਾ ਨਾ ਭਾਬੀ, ਤੁਹਾਨੂੰ ਤਾਂ ਕੀ ਲੋੜ ਉਹਦੇ ਪਿੱਛੇ ਲੱਗਣ ਦੀ, ਹਲੇ ਮੈਂ ਉਹਦੇ ਪਿੱਛੇ ਲੱਗ ਕੇ ਘਰ ਕਿਉਂ ਖਰਾਬ ਕਰੂਗਾ, ਆਪਣੀ ਇੰਨੇ ਟਾਈਮ ਦੀ ਵਧੀਆ ਨੇਵਰੀ ਹੈਗੀ। ਵੀ ਉਹੀ ਕਹਿੰਦੀ ਆ, ਉਹਦੀ ਚਾਲ ਆ ਗਈ ਵੀ ਆਪਦੇ ਭਰਾ ਭਰਜਾਈ ਨਾਲ ਉਹ ਵੱਖ ਹੋ ਜੇ। ਮੇਰੀ ਗੱਲ ਸੁਣਾ, ਹੁਣ ਦਵਾਈ ਦਵੂਈ ਤਾਂ ਦਵਾ ਲਿਆ ਕੋਈ ਨਾ, ਤੂੰ ਇਹ ਗੱਲਾਂ ਨਾ ਬੈਠ ਕੇ ਧਿਆਨ ਨਾਲ ਸੋਚੀ, ਠੀਕ ਹੈ ਨਾ? ਵੀ ਮੇਰੀ ਭਾਬੀ ਮੇਰੇ ਬਾਰੇ ਮਾੜਾ ਨੀ ਸੋਚਦੀ ਹੈਗੀ ਗੀ, ਨਾਲੇ ਅੱਜ ਤਾਂ ਆਹ ਕੁਛ ਕਰਦੀ ਆ, ਕੱਲ ਨੂੰ ਤੇਰੇ ਵੀਰੇ ਦੇ ਸਿਰ ਤੇ ਕੋਈ ਇਲਜ਼ਾਮ ਮੜਦਾ ਫੇਰ ਕੀ ਕਰਾਂਗੇ? ਮੇਰੇ ਸਿਰ ਤੇ ਇਲਜ਼ਾਮ ਮੜਦਾ ਕੋਈ ਕੀ ਕਰ ਲੇਗਾ ਤੂੰ? ਤੇਰੀ ਗੱਲ ਠੀਕ ਆ ਭਾਬੀ, ਕਰ ਤਾਂ ਵਕੀਲ ਆ ਮੈਂ ਬਾਅਦ ਦੇ ਵਿੱਚ, ਚੱਲ ਆਇਆ ਭਾਬੀ ਫਿਰ ਮੈਨੂੰ ਕਹਿੰਦੀ ਨਾ ਬਾਅਦ ਵਿੱਚ, ਤੂੰ ਮਾੜਾ ਨਾ ਹਰੇਕ ਪਾਸੇ ਤੂੰ ਮਾੜਾ ਨਾ। ਤਾਂ ਮੈਂ ਦਵਾਈ ਦੇ ਬਾਰੇ ਤਾਂ ਪੁੱਛ ਲਿਆ, ਮੈਂ ਕਹਿੰਦੀ ਡਾਕਟਰ ਦੇ ਤਾਂ ਜਾਂਦੀ ਨੀ। ਹਾਂ ਚੱਲ ਤਾਂ ਮੈਂ ਟੂ ਜੀ ਲਾ ਲੈਣਾ, ਉਹ ਲਾ ਲੂ। ਲਿਆ ਤੇ ਬੜਦੇ ਪਾ। ਚੱਲ ਠੀਕ ਆ ਭਾਬੀ, ਇਹਨੂੰ ਵੀ ਮਗਰ ਲਾਈ ਬੈਠੀ ਹੈਗੀ। ਚੱਲ ਕੋਈ ਨਾ, ਕਦੇ ਤੇਰੀ ਅੱਖਾਂ ਤੋਂ ਪਰਦਾ ਖੁੱਲ ਹੀ ਜਾਣਾ। ਸਾਰਾ ਸਿਲਟਾ ਇਹਨਾਂ ਦਾ ਬਾਹਰ ਖੁੱਲਾ, ਆਪ ਅੰਦਰ ਏਸੀ ਲਾ ਕੇ ਬੈਠੀਆਂ ਇਹਨਾਂ ਨੂੰ ਵੀ ਐਂ ਕਰੋ, ਉਧਰ ਮਸ਼ੀਨ ਚੱਲਦੀ ਗੱਡੀ ਪਈ ਆ, ਜਿੱਥੇ ਕੋਈ ਚੋਰ ਆ ਗਿਆ ਚੋਰੀ ਕਰਕੇ ਲੈ ਗਿਆ, ਇੱਥੇ ਮਾਹੌਲ ਇਹ ਜਿਹਾ ਇੱਥੇ ਚਿੱਟੇ ਵਾਲੇ ਫਿਰਦੇ ਰਹਿੰਦੇ ਆ। ਸ਼ੀਸ਼ਾ ਖੁੱਲਿਆ, ਖਾਣਾ ਬਣਾਈ ਇੱਧਰ ਰੋਟੀ ਚ ਧਿਆਨ ਹੋਊਗਾ, ਉਧਰ ਉਹਦੀ ਗਾਸ ਕੇ ਲੈ ਜਾਣਗੇ ਆਪ ਕਰੀ ਕਿਹੜਾ। ਆ ਤਿੰਨ ਚਾਰ ਜਾਣਦੇ ਸੀਗੇ, ਮੈਨੂੰ ਮੜੀ ਜੀ ਹੋਈ ਸੀਗੀ ਮੋਟਰਸਾਈਕਲਾਂ ਤੇ, ਇਹੋ ਜਿਹੇ ਕਰਦੇ ਆ ਕੱਚੇ ਤਾਂ ਨੀ ਖਾਂਦਾ ਜਿੱਥੇ ਸਾਰਾ ਕੁਛ ਹੂੰਝ ਕੇ ਲੈ ਗਈ ਨਾ, ਉਹਦੇ ਪਤਾ ਲੱਗੂ। ਮੇਰੀਆਂ ਗੱਲਾਂ ਤਾਂ ਤੁਹਾਨੂੰ ਉਹੀ ਲੱਗਦੀਆਂ ਨੇ, ਤੁਸੀਂ ਕਹਿ ਨੀ ਸਕਦੇ ਛੋਟੇ ਨੂੰ ਵੀ ਭਾਈ ਜਾਂ ਤਾਂ ਉਹਨੂੰ ਸਮਝਾ ਲਾ
ਜਾਂ ਤਲਾਕ ਦੇ ਕੇ ਪਰੇ ਕਰਤਾ ਇਹਨੂੰ ਕੁੜੀਆਂ ਦਾ ਘੱਟ ਹੈਗਾ। ਪਰ ਤੁਸੀਂ ਕਾਹਨੂੰ, ਹੁਣ ਤਾਂ ਖੇਤ ਤੋਂ ਵਿਹਲ ਨੀ ਹੈਗੀ, ਖੇਤ ਹੀ ਆ ਜੋ ਕੁਛ ਆ। ਯਾਰ ਉਹਨੂੰ ਹੈ, ਮੈਂ ਕਿਵੇਂ ਕਹਿਣਾ ਵੀ ਉਹਨੂੰ ਘਰੋਂ ਕੱਢ ਦੇ ਜਦੋਂ ਲਈ ਆਇਆ। ਲਈ ਆਇਆ ਅੱਜ ਤਾਂ ਹੱਦ ਹੀ ਕਰਤੀ, ਜਿਹੜਾ ਤੁਸੀਂ ਮੈਨੂੰ ਐਨੀਵਰਸਰੀ ਤੇ ਸੂਟ ਬਣਾ ਕੇ ਦਿੱਤਾ ਸੀ ਉਹ ਮੈਂ ਚਾਹਤਾ ਉਹਦੀ ਰੰਨਣੀ। ਉਹ ਚੱਲ ਕੰਮ ਕਾਰ ਕਰਦੀ ਹੋਊ ਯਾਰ, ਕਿਤੇ ਹੋਰ ਧਿਆਨ ਹੋਣਾ ਆ। ਕੰਮ ਨੀ, ਫੋਨਾਂ ਤੇ ਲੱਗੀ ਰਹਿੰਦੀ ਆ ਖਸਮਾਂ ਨਾਲ, ਫਿਰ ਕਹੋਗੇ ਬੋਲਦੀ ਆ ਇਹ। ਉਹ ਤਾਂ ਫਿਰ ਲਿਆਉਣ ਵਾਲੇ ਨੂੰ ਸੋਚਣਾ ਚਾਹੀਦਾ ਸੀ, ਜਿਹਦੇ ਨਾਲ ਵਿਆਹੀ ਆ ਉਹ ਸੋਚੇ। ਯਾਰ ਸਾਰੀ ਸਾਰੀ ਦਿਹਾੜੀ ਤੁਹਾਨੂੰ ਪਤਾ ਫੋਨ ਹੁੰਦੇ ਨੇਗੇ। ਤੂੰ ਬਾਹਰ ਰੋਕਣ ਵਾਲੀ ਉਹਨੂੰ ਮੈਂ ਰੋਕ ਤਾਂ ਨਹੀਂ ਸਕਦੀ, ਛੋਟੇ ਦੀ ਜ਼ਿੰਦਗੀ ਖਰਾਬ ਹੋਈ ਜਾਂਦੀ ਹੈ, ਇਹ ਤਾਂ ਸੋਚ ਲੋ। ਯਾਰ ਹੁਣ ਆਪਾਂ ਤਾਂ ਛੋਟੇ ਦੇ ਮੂੰਹ ਨੂੰ ਕਰਨਾ, ਲੀੜੇ ਦਿੱਤੇ ਤੂੰ ਧੋਦਿਆ ਕਰ, ਲੀੜੇ ਕੱਪੜਾ ਲੀੜਾ ਉਹਦਾ ਤੂੰ ਪ੍ਰੈਸ ਕਰਦਿਆ ਕਰ, ਰੋਟੀ ਪਾਣੀ ਨੂੰ ਤੂੰ ਫੜਾ ਦਿਆ ਕਰ, ਫਿਰ ਹੋਰ ਕੀ ਆ। ਮੈਂ ਤਾਂ ਫੜਾਉਂਗੀ ਆ ਸਵੇਰ ਦੀ, ਚੁੱਲ੍ਹੇ ਤੇ ਨਹੀਂ ਹੋਏਗੀ। ਮੈਨੂੰ ਪਤਾ ਸੀ ਸਵੇਰੇ ਉਹ ਕਹੀ ਜਾਵੇ ਭਾਬੀ ਕੀ ਖਵਾਏਗੀ ਅੱਜ, ਅੱਜ ਮੈਂ ਘਰੇ ਆਂਗਾ ਭਾਬੀ ਕੀ ਖਵਾਏਗੀ। ਮੈਂ ਕਿਹਾ ਚੱਲ ਚੌਲ ਲਿਆ, ਚੌਲ ਤਾਂ ਲਿਆ ਕੇ ਦੇਤੇ ਉਹਨੇ, ਉਹਨੂੰ ਇੰਨਾ ਨੀ ਪਤਾ ਵੀ ਰੋਟੀ ਤੋਂ ਬਿਨਾਂ ਭੁੱਖਾ ਫਿਰਦਾ ਗਾ। ਫਿਰ ਇਹੀ ਗੱਲ ਆ ਨਾ, ਆਪਾਂ ਲੱਕੀ ਦੇ ਮੂੰਹ ਨੂੰ ਕਰਨਾ ਨਾ, ਮੇਰਾ ਭਰਾ ਹੈਗਾ ਤੇਰਾ ਦਿਓਰ, ਆਪਾਂ ਉਹਦੇ ਮੂੰਹ ਨੂੰ ਕਰਨਾ ਨਾ। ਮੇਰੀ ਗੱਲ ਦੱਸ, ਠੀਕ ਹੈ ਮੇਰਾ ਦਿਓਰ ਮੈਂ ਕਰੀ ਜਾਨੀ ਆ, ਪਰ ਜੋ ਚਿਹਰਾ ਉਹਦਾ ਮੈਂ ਪੜ੍ਹਦੀ ਆ, ਲੱਕੀ ਨੂੰ ਕਹਿ ਤੂੰ ਵੀ ਪੜ੍ਹ ਲੈ, ਜਿਹੜਾ ਉਹਦਾ ਭੋਲਾ ਪਾਲਾ ਚਿਹਰਾ ਹੈਗਾ ਨਾ, ਉਹਦੇ ਪਿੱਛੇ ਸ਼ੈਤਾਨ ਛੁਪਿਆ ਹੋਇਆ, ਉਹ ਬਹੁਤ ਵੱਡੀ ਮੋਮੋ ਠੱਗਣੀ ਹੈਗੀ। ਯਾਰ ਫਿਰ ਆਪਾਂ ਇਹ ਚੀਜ਼ਾਂ ਕਹਿ ਨਹੀਂ ਸਕਦੇ। ਪਤਾ ਨਾ ਉਹਦੇ ਮਾਸੀ ਦੀ ਕੁੜੀ ਵਿਆਹੀ ਹੋਈ ਆ, ਸਾਰਾ ਕੁਛ ਪਤਾ ਕੀਤਾ, ਨਾਲੇ ਤੁਹਾਨੂੰ ਮੈਂ ਰਾਤ ਵੀ ਦੱਸਿਆ ਵੀ ਭਾਈ ਇਹਦਾ ਜਮਾ ਠੱਗਾਂ ਦੇ ਘਰ ਦੀ ਆ, ਪਤਾ ਨੀ ਪਹਿਲਾਂ ਕਿੰਨੇ ਕੁ ਵਿਆਹ ਹੋਏ ਆ ਇਹਦੇ, ਕਹਿੰਦੇ ਵਿਆਹ ਕਰ ਦਿੰਦੇ ਆ ਛੱਡ ਦਿੰਦੇ ਆ, ਵਿਆਹ ਕਰ ਦਿੰਦੇ ਆ ਛੱਡ ਦਿੰਦੇ ਆ, ਜੇ ਸਾਰਾ ਕੁਛ ਮੂੰਹ ਕੇ ਲੈ ਜਾਂਦੇ। ਦੂਜੀ ਗੱਲ ਮੈਂ ਤੈਨੂੰ ਇੱਕ ਗੱਲ ਦੱਸਾਂ, ਲੋਕਾਂ ਦੀਆਂ ਗੱਲਾਂ ਤੇ ਯਕੀਨ ਨਾ ਕਰਿਆ ਕਰ। ਮੈਂ ਹਾਂ ਆਪਣੀ ਘਰ ਦੀ ਗੱਲ ਹੈਗੀ ਆ, ਚੱਲ ਆਪਾਂ ਲੱਕੀ ਨੂੰ ਵੀ ਸਮਝਾ ਸਕਦੇ ਆ, ਠੀਕ ਆ ਮੈਂ ਸਮਝਾ ਦਿੰਦਾ ਲੱਕੀ ਨੂੰ, ਠੀਕ ਆ। ਤੁਸੀਂ ਤਾਂ ਮੇਰੀ ਗੱਲ ਤੇ ਯਕੀਨ ਹੀ ਨਹੀਂ ਕਰਨਾ ਹੈਗਾ, ਦੱਸ ਵੀ ਮੈਂ ਕਿਹੜਾ ਤੁਹਾਨੂੰ ਝੂਠ ਬੋਲਦੀ ਹੈਗੀ। ਉਹ ਮੈਂ ਕਦੋਂ ਕਹਿਣਾ, ਮੈਂ ਤਾਂ ਇਹ ਗੱਲ ਕਹਿਣਾ, ਆਂਢ ਗੁਆਂਢ ਵਾਲੇ ਵੀ ਕਹਿੰਦੇ ਆ ਵੀ ਸਾਡੇ ਘਰੇ ਇਹੋ ਜਿਹੀ ਕੁੜੀ ਆਵੇ ਰੰਗ ਭਾਗ ਲਾ ਤੇ ਜਦੋਂ ਦੀ ਆਈ ਆ, ਘਰ ਬਣਾਉਣ ਵਾਲੀ ਹੋਵੇ ਤੋੜਨ ਵਾਲੀ ਨਹੀਂ, ਕਹਿੰਦੇ ਸਵਰਗ ਬਣਾਤਾ ਘਰ ਨੂੰ। ਸਾਡੇ ਤਾਂ ਹੁਣ ਤੈਨੂੰ ਪਤਾ ਮਾਂ ਪਿਓ ਵੀ ਹੈ ਨਹੀਂ ਸੀਗਾ, ਇਹਦਾ ਗੱਲ ਤੋਂ ਮੰਨਦੀ ਆ ਨਾ, ਕਹਿੰਦੇ ਵੀ ਜਮਾਂ ਵੀ ਲੱਕੀ ਨੂੰ ਪਾਲਿਆ ਤਾਂ ਵੀ ਮਾਮਾ ਨੂੰ ਪਾਲਿਆ ਹੈ। ਤਾਂ ਘਰ ਦੇ ਜਿਵੇਂ ਆਪਣੇ ਤੇ ਦਸ ਦਸ ਬੰਦੇ ਖੇਤ ਕੰਮ ਕਰਦੇ ਸੀ, ਕੋਈ ਰੋਟੀ ਲਾਉਣ ਵਾਲੀ ਹੁੰਦੀ ਨਹੀਂ, ਇੱਧਰ ਆਹ ਦੇਖ ਲਾ ਚਾਰ ਨੂੰਹਾਂ ਇਹਨਾਂ ਦੇ ਗੇਬੋ ਕੇ, ਤੇ ਚਾਰੇ ਨੇ ਕੰਮ ਕਰਦੀਆਂ ਤਾਂ ਵੀ ਭੈਣਾਂ ਰੋਟੀ ਵਾਲੀ ਅੱਡ ਰੱਖੀ ਵੀ ਆ, ਗੋਹੇ ਵਾਲੀ ਅੱਡ ਰੱਖੀ ਵੀ ਆ, ਐਂ ਕਰਕੇ ਔਖਾ ਹੋ ਜਾਂਦਾ ਬੰਦੇ ਨੂੰ। ਤਾਂ ਕਰਕੇ ਤੇਰੀਆਂ ਇੰਨੀਆਂ ਸਿਫਤਾਂ ਕਰਦੇ ਆ ਨਾ, ਇੰਨੀਆਂ ਸਿਫਤਾਂ ਕਰਦੇ ਆ। ਗੇਬੋ ਤਾਈ ਕਹਿੰਦੀ, ਕਹਿੰਦੀ ਇਹੋ ਜਿਹੀ ਤਾਂ ਹਰੇਕ ਦੇ ਹੋਵੇ, ਕਹਿੰਦੀ ਮੈਂ ਤਾਂ ਫਾਹਾ ਲੈ ਲਿਆ, ਮੈਂ ਤਾਂ ਲਾਲਚ ਕਰ ਗਈ ਵੀ ਦਾਜ ਦੇਣਗਾ, ਐਂ ਕਰਨਗਾ ਜਿਉਂ ਕਰਨਗਾ, ਪੜ੍ਹਨਾ ਲਿਖਣਾ, ਕਹਿੰਦੀ ਹੁਣ ਜਲੂਸ ਕੱਢੀ ਜਾਂਦੀਆਂ ਸਾਡਾ। ਪਾਸੇ ਹਟੋ, ਸਾਰੇ ਨਾ ਭਾਸ਼ਣ ਦੇਣ ਲੱਗ ਜਾਂਦੇ, ਤੁਸੀਂ ਤਾਂ ਹਟਦੇ ਨਹੀਂ ਕਿ ਮੇਰਾ ਵੀ ਕੰਮ ਖੜਾ ਵੀ ਕਰਵਾ ਕੇ। ਚੱਲ ਮੈਂ ਭਾਸ਼ਣ ਦੇ ਜਾਂਦਾ ਮੈਂ ਬਹਿਣਾ ਉੱਥੇ, ਲੱਕੀ ਕਿੱਥੇ ਆ? ਲੱਕੀ ਤਾਂ ਉਹਦੀ ਮਹਾਰਾਣੀ ਵਾਸਤੇ ਨਾ ਟਿਊਬ ਲੈਣ ਗਿਆ। ਚੱਲ ਮੈਂ ਕਰਦਾ ਉਹਦੇ ਨਾਲ ਗੱਲ, ਆ ਜਾ ਅੰਦਰ ਹੀ ਲੈ ਕੇ ਜਾਂਦਾ। ਲੈ ਆਉਂਗੀ, ਬਣ ਤਾਂ ਜਾਣ ਦੋ। ਲੱਕੀ ਹਾਂ ਭਾਬੀ, ਗੱਲ ਸੁਣ। ਆਇਆ ਆ ਜਾ। ਹਾਂ ਭਾਬੀ, ਆ ਲੈ ਚੌਲ ਖਾ ਲੈ, ਬਣ ਗਏ ਫਿਰ ਠੰਡੇ ਹੋ ਜਾਣਗੇ। ਖਾ ਲੈਣਾ ਭਾਬੀ ਚੌਲ ਤਾਂ ਕੋਈ ਗੱਲ ਨਹੀਂ, ਆ ਮੈਂ ਟੂਬ ਜੀ ਲੈ ਆਇਆ ਸੀਗਾ ਉੱਥੇ ਮੈਡੀਕਲ ਤੋਂ, ਮੈਂ ਉਹਦੇ ਲਾਲ ਬਾਂਹ ਤੇ ਫਿਰ ਮੈਂ ਤੜਪੀ। ਮੈਂ ਕਿਧਰੇ ਨਹੀਂ ਸੱਪ ਲੜਿਆ ਉਹਦੇ, ਮੈਨੂੰ ਗੁੱਸਾ ਚੜਾਉਣਾ ਬਾਰ ਬਾਰ, ਜਾਣੜੇ ਖਾ ਲੂਗੀ ਆਪ ਵੀ, ਲੈ ਜਾ ਉਹਨੇ ਤਾਂ ਕਿਹੜੇ ਬਣਾਉਣੇ ਨੇਗੇ, ਮੁੜ ਤਾਂ ਤੈਨੂੰ ਵੀ ਭੁੱਖਾ ਮਾਰੂਗੀ। ਤਕਲੀਫ ਹੋਵੇ ਕੋਈ ਫੜਾ ਲੈ ਭਾਬੀ।
ਉਹ ਕੰਮੋ ਆ ਜਾ ਯਾਰ, ਲਿਆ ਖਾਣਾ, ਭੁੱਖ ਲੱਗੀ ਪਈ ਆ, ਤੜਕੇ ਦਾ ਖੇਤ ਗਿਆ ਵਾ ਮੈਂ। ਤੇਰੇ ਨੂੰ ਪਹਿਲਾਂ ਕਹਿਤਾ ਮੈਂ ਜਦੋਂ ਬਾਹਰੋਂ ਆਇਆ ਗਾ ਆਪਦੀ ਬਹੂ ਵਾਸਤੇ ਟਿਊਬ ਜੀ ਲੈ ਕੇ ਆਇਆ, ਕਹਿਤਾ ਉਹਨੂੰ ਚੌਲ ਪਾ ਕੇ ਰੱਖੇ ਹੀ, ਲੈ ਜੂਗਾ ਚੱਕ ਕੇ। ਹੁਣ ਮੈਂ ਮੂੰਹ ਦਾ ਨਾ ਪਾਈ ਜਾਵਾਂ ਉਹਦੀ ਰੰਨ ਦੇ। ਤੁਸੀਂ ਆਪ ਖਾ ਲੋ, ਆਪਦੀ ਫਿਕਰ ਰੱਖਿਆ ਕਰੋ। ਮੈਂ ਹਿੱਲੂਗਾ ਤੇ ਹੋਰ ਕੀ, ਬਿੱਲ ਆਉਣਾ ਗਾ, ਗੱਲਾਂ ਹੀ ਆਉਣੀਆਂ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਨੂਣ ਘੱਟ ਆ ਲਿਆ ਦੇ। ਮੈਂ ਲੱਗਿਆ ਤਾਰੀਫ ਕਰਨ ਲੱਗਿਆ, ਕਿਆ ਬਾਤ ਆ, ਕਿਆ ਬਾਤ ਆ ਲੈ। ਵੀ ਲੂਣ ਪਾਉਣਾ ਭੁੱਲ ਗਈ। ਲੂਣ ਪਾਉਣਾ ਭੁੱਲੀ ਨੀ ਹੈਗੀ, ਮੈਂ ਚੌਲਾਂ ਚ ਵੀ ਲੂਣ ਪਾਇਆ, ਮੈਂ ਘੱਟ ਖਾਂਦੀ ਆ, ਤੈਨੂੰ ਪਤਾ ਨਾਲੇ। ਚੱਲ ਆ ਲੱਗ ਕੇ ਲਿਆਉਣੀ ਹੈ, ਠੰਡੀ ਹੋ ਜਾਂਦਾ, ਠੰਡੀ ਹੋ ਘੱਟ ਹੋ ਜਾਂਦਾ ਹੁੰਦਾ ਕੜੀ ਚ ਹਮੇਸ਼ਾ। ਤੂੰ ਨਾ ਉੱਠ ਕੇ ਜਾਈ, ਹਿੰਮਤ ਖਤਮ ਹੈ, ਠੰਡੇ ਕਰੂੰਗਾ ਪਹਿਲਾਂ ਇਹਨਾਂ ਨੂੰ ਮੈਂ, ਲੂਣ ਲਿਆ ਦੇ। ਸਰ ਗਿਆ ਦਾ ਲੈ ਆ ਲੈ ਆ ਜਾ ਹੁਣ। ਨਹੀਂ ਕੋਈ ਗੱਲ ਨੀ, ਖੇਤ ਤਾਂ ਮੈਂ ਆਪੇ ਸਾਂਭੂਗਾ। ਕੋਈ ਗੱਲ ਨੀ, ਮੈਂ ਚੱਕ ਲਿਆ, ਨਹੀਂ ਤੂੰ ਨਾ ਲੈ ਯਾਰ, ਮੈਂ ਚੱਕ ਲਿਆ ਆਪੇ। ਹਾਂ ਜੇ ਹੁਣ ਗੇੜਾ ਕੱਢ ਕੇ ਆਉਣਾ ਤੁਸੀਂ, ਕੱਢਿਆ ਮੋਟਰਸਾਈਕਲ ਲੈ ਜਾਓ। ਹਾਂ ਕੋਈ ਨਾ, ਆ ਬਾਕੀ ਖਲ ਖੁਲ ਮੈਂ ਆਪੇ ਚੱਕ ਲਿਆਉਂਗਾ। ਮੈਂ ਕਦੋਂ ਕਿਹਾ ਭਗਵਾਨ ਨੇ ਤੂੰ ਨਹੀਂ ਜਾ ਸਕਦੀ, ਜਾ ਸਕਦੀ ਆ, ਹੱਕ ਹੈ ਤੇਰਾ, ਮਾਲਕ ਹੈ ਤੂੰ ਖੇਤ ਦੀ, ਮੇਰਾ ਕੀ ਮਤਲਬ ਕੰਮ ਕਰਨ ਵਾਲਾ ਰੱਖਿਆ ਹੁਣ ਤੁਹਾਡਾ। ਕੋੜੀ ਲੱਗੀ ਹੋਈ ਆ, ਆ ਕਿੰਨੇ ਦਾ ਦਿੱਤਾ ਸੀ, 2 ਲੱਖ ਇਹਦੇ ਤੇ ਲਵਾਤਾ। ਕਮਾਉਣੀ ਕਿਹਦੀ ਖਾਤਰ ਆਉਂਦੀ, ਚੱਲ ਚੰਗਾ ਤੇਰੀ ਖਾਤਰ ਕਮਾਉਣਾ ਬਸ। ਸੁਨੀਤਾ ਆ ਲੈ ਚੌਲ ਬਣਾਏ ਸੀਗੇ ਅੱਜ, ਭਾਜੀ ਕੜੀ ਚੌਲ ਨਾਲੇ ਕੰਮ ਤਾਂ ਸਾਰਾ ਭਾਬੀ ਕਰਦੀ ਆ, ਤੂੰ ਕਦੇ ਨਾ ਥੱਕ ਜਾਂਦੀ ਆ, ਬਸ ਆਹ ਘਰ ਦੀ ਥੋੜੇ ਘਣੇ ਕੰਮ ਕਰਕੇ ਤੁਹਾਨੂੰ ਲੱਗਦੇ ਨਾ ਥੋੜੇ ਬਹੁਤੇ ਕੰਮ, ਕੋਈ ਗੱਲ ਨੀ, ਇਹ ਹੁਣ ਤੁਸੀਂ ਕੱਲ ਨੂੰ ਹੀ ਦੇਖਿਓ।
ਵੀ ਕੌਣ ਕੰਮ ਕਰਦਾ ਤੇ ਕੌਣ ਇੱਥੇ ਚਲਾਕੀਆਂ ਕਰਦਾ। ਚੱਲ ਚੰਗਾ ਯਾਰ, ਮੈਂ ਤਾਂ ਇੰਨੇ ਦਿਨ ਹੋ ਗਏ ਮਾਮੇ ਨੂੰ ਵੀ ਨਹੀਂ ਫੋਨ ਲਾਇਆ ਕਦੇ। ਮੇਰਾ ਤੁਹਾਡਾ ਫੋਨ ਖੋਇਆ ਹੋਇਆ ਹੈ? ਖੂਨ ਦੀ ਗੱਲ ਨਹੀਂ, ਪਤਾ ਨਹੀਂ ਕੀ ਗੱਲ ਆ, ਮੈਂ ਤਾਂ ਇੰਨੇ ਦਿਨ ਹੋ ਗਏ ਫੋਨ ਨਹੀਂ ਲਾਇਆ, ਪਤਾ ਹੀ ਦਿਮਾਗ ਹੀ ਫਿਰਿਆ ਰਹਿੰਦਾ ਸਾਰਾ ਦਿਨ, ਕਦੇ ਤੇਰੀ ਗੱਲ ਤੂੰ ਨਹੀਂ ਕੰਮ ਕਰਦੀ, ਉਧਰੋਂ ਭਾਬੀ ਕਹਿੰਦੀ ਕੁਛ ਨਾ ਕੁਛ। ਚਲੋ ਚੰਗਾ, ਤੁਹਾਡੀ ਭਾਬੀ ਬਹੁਤ ਚੰਗੀ ਹੈ, ਮੈਂ ਬਹੁਤ ਮਾੜੀ ਹਾਂ, ਖੁਸ਼ ਹੋ। ਚੰਗਾ ਯਾਰ ਖਾ ਲਾ ਯਾਰ, ਬੋਲਣਾ ਮੈਨੂੰ ਵੀ ਖਾ ਲੈਣ ਦੇ। ਖਾ ਲਓ। ਸਾਢੇ ਸੱਤ ਹੋ ਗਏ, ਮੈਂ ਜਾਣਾ ਨੀ ਡਿਊਟੀ ਤੇ। ਸਾਢੇ ਸੱਤ ਹੋ ਗਏ, ਅੱਜ ਦਾ ਅਲਾਰਮ ਜਿਹਾ ਵੀ ਨੀ ਬੋਲਿਆ ਹੈਗਾ, ਪਤਾ ਨੀ ਕੀ ਹੋ ਗਿਆ। ਤੁਸੀਂ ਐਂ ਕਰੋ, ਜਾਓ ਫਿਰ ਡਿਊਟੀ ਤੇ। ਲੈ ਤੂੰ ਉੱਠਣਾ ਨੀਗਾ, ਕੰਮ ਧੰਦਾ ਕਰ ਵੀ, ਉੱਥੇ ਰੋਟੀ ਬਣਾ ਕੇ ਰੱਖ ਕਰ ਯਾਰ, ਟਿਫਨ ਦਾ ਤਿਆਰ ਕਰ। ਮੈਂ ਤੈਨੂੰ ਕੱਲ੍ਹ ਕੀ ਕਿਹਾ ਸੀ, ਤੁਸੀਂ ਕਿਤੇ ਨੀ ਜਾਣਾ, ਭਾਬੀ ਨੂੰ ਕਹਿ ਜੋ ਵੀ ਮੈਂ ਡਿਊਟੀ ਚੱਲਿਆ, ਠੀਕ ਆ। ਬਸ ਇੱਕ ਵਾਰੀ ਕਹਿ ਦਿਓ ਵੀ ਜਲਦੀ ਆ, ਮੈਨੂੰ ਜਾਣਾ ਪੈਣਾ, ਅਰਜੈਂਟ ਹੋ ਗਿਆ ਕੰਮ, ਠੀਕ ਆ। ਚੱਲ ਜਾਓ, ਅਤੇ ਮੈਂ ਇੱਥੇ ਹੀ ਪੈਂਦੀ ਹਾਂ, ਤੁਸੀਂ ਆਪ ਹੀ ਦੇਖ ਲਿਓ, ਆ ਕਿਤੇ ਇੱਥੇ ਕੋਲੇ 'ਚ ਲੱਗ ਕੇ ਖੜ ਜਾਓ, ਨਾਲੇ ਤੁਹਾਨੂੰ ਸਾਰੀ ਸੱਚਾਈ ਦਾ ਪਤਾ ਲੱਗ ਜੂਗਾ। ਮੈਂ ਸਵੇਰੇ ਸਵੇਰੇ ਨਾਟਕ ਖੇਡਣਾ ਹੈ। ਹਾਂ, ਜਿਹੜੇ ਮੇਰੇ ਨਾਲ ਨਾਟਕ ਖੇਡੇ ਜਾਂਦੇ ਨੇ ਉਹ ਠੀਕ ਆ, ਕਿੰਨਾ ਟਾਈਮ ਚੱਲੂੰਗੀ ਮੈਂ। ਚੱਲ ਠੀਕ ਆ, ਪਰ ਗੱਲ ਸੱਚਾਈ ਹੋਵੇ, ਝੂਠ ਨਾ ਹੋਵੇ ਗੱਲ, ਦੇਖ ਲਾ। ਜੇ ਝੂਠ ਹੋਇਆ ਤਾਂ ਮੈਨੂੰ ਘਰੋਂ ਕੱਢ ਦਿਓ, ਜੇ ਸੱਚਾਈ ਹੋਈ ਫਿਰ ਜੋ ਤੁਹਾਡੇ ਦਿਲ 'ਚ ਆਉਂਦਾ ਉਹ ਕਰ ਲਿਓ। ਚੱਲ ਠੀਕ ਆ ਫਿਰ, ਪੈ ਜਾ ਮੈਂ, ਪੈ ਜਾ। ਤੁਸੀਂ ਭਾਬੇ ਨੂੰ ਐਂ ਕਹਿ ਦਿਓ ਵੀ ਰੀਤ ਅੱਜ ਬਿਮਾਰ ਆ, ਵੀ ਚਾਹ ਪਾਣੀ ਤੁਸੀਂ ਕਰ ਲਓ ਤੇ ਨਾਲੇ ਮੇਰਾ ਟਿਫਨ ਬਣਾ ਦਿਓ, ਵੀ ਮੈਂ ਆ ਕੇ ਲੈ ਜੂੰਗਾ, ਮੈਂ ਇੰਨੇ ਜਾਣਾ 5-4 ਘੰਟਿਆਂ ਨੂੰ ਆਊਂਗਾ, ਠੀਕ ਆ। ਕੰਮ ਜ਼ਰੂਰੀ ਹੈ, 2 ਘੰਟੇ, ਠੀਕ ਹੈ 2 ਘੰਟੇ ਕਹਿ ਦਿਓ। ਕੀ ਹੋ ਗਿਆ ਦਫ਼ਤਰ ਚ? ਕੁਛ ਨੀ ਬਈ ਯਾਰ, ਉਹ ਥੋੜਾ ਜਿਹਾ ਕੰਮ ਅਰਜੈਂਟ ਆ, ਉਹ ਕਹਿੰਦਾ ਉੱਪਰ ਬੰਦਾ ਬੰਦਾ ਜਾਣਾ ਤੇ ਉਹ ਫਾਈਲਾਂ ਸਾਰੀਆਂ ਥੋੜੀਆਂ ਐਬਸੈਂਟ ਪਈ ਹੈਗੀ, ਉਹ ਤਿਆਰ ਕਰਨੀਆਂ ਜਾ ਕੇ 2 ਘੰਟੇ ਤੱਕ। ਚਲ ਲਿਆ ਦੇ ਘੁੱਟ ਚਾਹ ਪਾ, ਵੀ ਹਜੇ ਉਹਨੇ ਬਣਾਈ ਨਹੀਂ ਅੱਜ, ਉਹ ਥੋੜੀ ਨਾ ਬਿਮਾਰ ਹੋਈ ਪਈ। ਓ ਯਾਰ 7:30 ਹੋ ਗਏ, ਤੂੰ ਬਣਾ ਲਾ। ਹਾਂ 7:30 ਹੋ ਗਏ ਨਾ ਵੇ, ਉਹਨੂੰ ਨਿੱਤੀ ਕੁਛ ਨਾ ਕੁਛ ਹੋਇਆ ਰਹਿੰਦਾਗਾ। ਤੈਨੂੰ ਪਤਾ ਤਾਂ ਹੈਗਾ ਭਾਬੀ, ਮਾੜੀ ਜਿਹੀ ਨਾ ਬਿਮਾਰ ਹੋ ਜਾਂਦੀ ਆ ਉਹ। ਘੁੱਟ ਦੇ ਕੇ ਜਾਣ ਤਾਂ ਨਹੀਂ ਲਈ ਹੈਗੀ ਗੀ। ਚਲ ਕੋਈ ਨਾ ਬਾਬਾ। ਓ ਯਾਰ ਤੂੰ ਇਹਨੂੰ ਕਿਉਂ ਬੋਲਦੀ ਹੁੰਨੀ ਆ ਯਾਰ, ਇਹਦਾ ਕੀ ਕਸੂਰ ਆ? ਯਾਰ ਕਹਿਣ ਨਾ ਸਕਦਾ ਮੈਂ ਭਾਬੀ ਤੇਰੇ ਸਾਹਮਣੇ ਕਿੰਨਾ ਦਾ ਸਮਝਾਉਣਾ, ਮੈਂ ਕਿੰਨਾ ਕਹਿਣਾ ਉਹਨੂੰ, ਐਵੇਂ ਬੇਫਾਲਤੂ ਦੀ ਲੜਾਈ ਆ। ਜੇ ਹੁਣ ਤੇਰੀ ਉਹੀ ਗੱਲਾਂ ਮੈਂ ਉਹਦੇ ਕੋਲ ਕਰੂੰਗਾ ਜਾ ਕੇ, ਉਹ ਤੇਰੇ ਨਾਲ ਲੜਨ ਨੂੰ ਆਊਗੀ, ਤੂੰ ਪੁੱਠੀ ਪੜ ਲੈ। ਰੋਣਾ ਤਾਂ ਕਿਵੇਂ ਲੜੂਗੀ ਯਾਰ, ਉੱਠ ਕੇ ਨਾ ਤੂੰ ਚਾਹ ਬਣਾ ਲੈ। ਮੈਂ ਤਾਂ ਹੁਣ ਬਣਾਉਂਗੀ ਕੋਈ, ਮੈਨੂੰ ਤਾਂ ਮਰਦੀ ਨੂੰ ਅੱਗ ਚੱਬਣਾ ਪੈਣਾ, ਕੋਈ ਵੀ ਸੁੱਖ ਸਹਾਰਾ ਨਹੀਂ ਹੈਗਾ ਵੀ ਚੱਲ ਬੰਦਾ ਉੱਠ ਕੇ ਚਾਹ ਹੀ ਬਣਾ ਦੇ, ਜਿੰਨੇ ਤਾਂ ਕੰਮ ਕਰਨਾ ਹੀ ਹੁੰਦਾ ਗਾ। ਚੱਲ ਕੋਈ ਨਾ ਤੂੰ ਕਰ ਲੈਂਦੀ, ਕਿਹੜਾ ਕੰਮ ਚੋਰ ਆ ਗਈ। ਓ
ਤੇ ਮੇਰੇ ਉਹਦੇ ਨੂੰ ਨਾ ਭਾਬੀ ਮੈਨੂੰ ਡੇਢ ਘੰਟਾ ਲੱਗ ਜਾਊਗਾ, ਮੈਂ ਨਾ ਬਸ ਚੌਣ ਜਾਣੀ ਕਰਨਾ ਗਾ ਤੇ ਮੇਰੇ ਉਹਦੇ ਨੂੰ ਟਿਫਨ ਬਣਾ ਕੇ ਤਿਆਰ ਕਰਕੇ ਰੱਖ ਦੇ। ਆਹੋ ਮਹਾਰਾਣੀ ਨੂੰ ਨਾ ਕਹੀਂ ਕੁਛ ਕਰ ਦਿਓ ਭਾਬੀ, ਜਦੋਂ ਤਾਂ ਜਿਹੀ ਜੀ ਹੈਗੀ ਹੈ ਹੈਗੀ ਹੈ, ਮੈਨੂੰ ਕਰਨੇ ਪਊਗਾ। ਦੇਖਿਆ ਮੈਨੂੰ ਕਹਿ ਗਿਆ ਆਪਦੀ ਤੀਵੀਂ ਤੇ ਇੰਨਾ ਜ਼ੋਰ ਵੀ ਨਹੀਂ ਚੱਲਦਾ ਵੀ ਉੱਠ ਕੇ ਆਈ ਕਹਿ ਦੇ ਬਈ ਘੁੱਟ ਚਾਹ ਦੀ ਬਣਾ ਦੇ। ਯਾਰ ਉਹਦਾ ਹੱਕ ਸੀਗਾ, ਕਹਿ ਗਿਆ ਤਾਂ ਬਣਾ ਦੇ ਫਿਰ ਤੂੰ। ਮੈਂ ਉਹ ਨਹੀਂ ਗੱਲ ਕਰਦੀ, ਉਹ ਅਕਸਰ ਨੂੰ ਉਹਦੀ ਜਨਾਨੀ ਆਪਦੇ ਬੰਦੇ ਦਾ ਫਿਕਰ ਹੁੰਦਾ ਗਾ। ਉਹਨੂੰ ਨਹੀਂ ਹੈਗਾ ਫਿਕਰ, ਠੀਕ ਆ। ਨਤਰ ਜਨਾਨੀ ਕਾਦੀ ਘਰੋਂ ਕੱਢ ਦੇ। ਮੈਂ ਕੌਣ ਹਾਂ ਯਾਰ ਕੱਢਣ ਵਾਲਾ, ਉਹਦਾ ਬੰਦਾ ਕੱਢੇ। ਉਹਨੂੰ ਹੀ ਕਹਿੰਨੀ ਆ ਵੀ ਫਿਰ ਜਨਾਨੀ ਕਾਦੀ ਉਹਦੀ ਜਦੋਂ ਇੰਨਾ ਨਹੀਂ ਚੱਲਦੀ ਉਹਦੀ। ਓਏ ਗੁਰੂ ਚਾ ਲੈ ਲੈ, ਉਹ ਤਾਂ ਬਸ ਗਿਆ ਹੁਣ ਲੱਗ ਗਿਆ। ਉੱਠਦੇ ਦਿਮਾਗ ਖਰਾਬ ਕਰਕੇ ਰੱਖਤਾ ਮੇਰਾ। ਚੱਲ ਆ ਕਿਤੇ ਚਾ ਬਣਾਉਣੀ ਹੈ, ਚਾ ਬਣਦੀ ਬਣੂਗੀ ਹਜੇ। ਅਰੇ ਰੱਬਾ ਮਹਾਰਾਣੀ ਨੇ ਲੱਕੀ ਨੂੰ ਤਾਂ ਭੇਜਤਾ ਬਾਹਰ, ਆਪ ਨੀਂਦਾਂ ਪੂਰੀਆਂ ਕਰੀ ਜਾਂਦੀ ਹੈਗੀ। ਦੀਦੀ ਨੀਂਦ ਨੀ ਪੂਰੀ ਕਰ ਰਹੀ, ਸੱਚੀ ਮੈਨੂੰ ਬੁਖਾਰ ਚੜਿਆ ਹੋਇਆ। ਦੇਖਾ ਤੈਨੂੰ ਕਿਹੜਾ ਪੁੱਤਿਆ ਚੜਿਆ ਹੈਗਾ ਬੁਖਾਰ ਚੜਿਆ, ਕੋਈ ਬੁਖਾਰ ਬਖੂਰ ਨੀ ਹੈਗਾ, ਬਹਾਨੇ ਮਾਰਦੀਆਂ ਲੱਛਣ ਕਰੀ ਜਾਂਦੀ ਹੈਗੀ। ਦੀਦੀ ਮੈਨੂੰ ਕੀ ਲੋੜ ਹੈ ਲੱਛਣ ਕਰਨ ਦੀ, ਤੁਸੀਂ ਚਾਹ ਬਣਾ ਲਓ, ਮੈਂ ਮਾੜਾ ਜਿਹਾ ਸੈੱਟ ਹੋ ਕੇ ਫਿਰ ਬਣਾ। ਅੱਛਾ ਚਾਹ ਬਣਾ ਕੇ ਮਹਾਰਾਣੀ ਨੂੰ ਮੈਂ ਪਿਆਵਾਂ, ਕਿਉਂ ਮੈਂ ਕਿਹੜਾ ਤੇਰੀ ਨੌਕਰਾਣੀ ਹੈਗੀ। ਹੱਦ ਕਰਦੀ ਆ, ਸਾਨੂੰ ਤਾਂ ਕੀ ਪਿਆਉਣੀ ਆ, ਉਹਦੇ ਖਸਮ ਨੂੰ ਵੀ ਨਹੀਂ ਪਿਆਈ। ਦੀਦੀ ਪਹਿਲਾਂ ਵੀ ਤਾਂ ਮੇਰੇ ਤੋਂ ਤੁਸੀਂ ਬਣਾਉਂਦੇ ਹੀ ਹੁੰਦੇ ਸੀ, ਅੱਜ ਬਣਾ ਦਿਓ। ਜਵਾਨ ਲੜਾਈ ਹੁਣ ਮੇਰੇ ਨਾਲ ਹੈ, ਇਹ 'ਚ ਜਵਾਨ ਲੜਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਮੈਂ ਤੈਨੂੰ ਚਾਹ ਬਣਾਉਣ ਨਹੀਂ ਕਿਹਾ। ਚੱਲ ਉੱਠ ਕੇ ਚਾਹ ਬਣਾ, ਠੀਕ ਆ, ਮੇਰਾ ਸਵੇਰੇ ਸਵੇਰੇ ਦਿਮਾਗ ਨਾ ਖਰਾਬ ਕਰਿਆ ਕਰ। ਚੰਗਾ ਦੀਦੀ ਬਣਾ ਦਿੰਦੀ ਹਾਂ। ਉੱਠ ਬਣਾ ਦਿੰਦੀ ਹੈ ਜੀ, ਲੱਛਣ ਕਰੀ ਜਾਊ, ਖਸਮ ਮੂਹਰੇ ਫਫੜੇ ਕੁੱਟੀ ਜਾਊਗੀ, ਮੈਂ ਆਇਆ ਮੈਂ ਆਇਆ ਮੈਂ ਆਇਆ, ਲਹੂ ਬੀਜੂ ਤੇਰਾ। ਕਰਦੀ ਕੀ ਆ ਦੱਸੀ ਮੈਨੂੰ। ਦੀਦੀ ਮੈਂ ਤਾਂ ਚਾਹ ਹੀ ਬਣਾਉਣ ਨੂੰ ਕਿਹਾ, ਇਹ ਚ ਮਾਰਨ ਵਾਲੀ ਕੀ ਗੱਲ ਆ। ਚਾਹ ਬਣਾ ਐਡੀ ਤੂੰ ਠੀਕ ਆ, ਭੋਲੀ ਭਾਲੀ ਹੈ ਨੀ ਗੀ ਦੀਦੀ ਬਣਦੀ। ਉੱਠ ਚੱਲ ਉੱਠ ਕੇ ਚਾਹ ਬਣਾ, ਉੱਠ ਬਣ ਕੇ ਡੁੱਬੜ ਚ ਬਹਿ ਗਈ। ਉੱਠ ਸ਼ਾਬਾਸ਼ੇ, ਆਹੀ ਰੰਗ ਹੁਣ ਹੈ ਭਾਬੀ, ਕੁਝ ਤਾਂ ਮੈਨੂੰ ਕੱਲ ਤਾਂ ਕੀ ਗੱਲਾਂ ਕਰਦੀ ਸੀ ਤੇ ਹੁਣ ਹੁਣ ਕੀ ਹੋ ਰਿਹਾ। ਤੂੰ ਤੂੰ ਤਾਂ ਛੋਟੇ ਜਾਣਾ ਨਹੀਂ ਸੀਗਾ, ਡਿਊਟੀ ਜਾਣਾ ਸੀ ਤੂੰ ਤਾਂ। ਜੇ ਡਿਊਟੀ ਚਲਾ ਜਾਂਦਾ ਫਿਰ ਤੇਰੇ ਭਾਬੀ ਰੰਗ ਇਹਨੇ ਦੇਖਣੇ ਸੀ ਮੈਨੂੰ। ਜੋ ਤੂੰ ਦੇਖਿਆ ਛੋਟੇ ਉਹ ਕੋਈ ਗੱਲ ਨੀ, ਠੀਕ ਆ ਮੇਰੀ ਗੱਲ ਸੁਣ, ਮੈਂ ਤੈਨੂੰ ਸਮਝਾਉਣੀ, ਬੈਠ ਮੇਰੀ ਸ਼ਾਂਤੀ ਨਾਲ ਗੱਲ ਸੁਣ। ਬਹਿ ਕੇ ਦੇਖ ਇਹਨਾਂ ਦੇਖ ਇਹਨਾਂ ਸਾਰੇ ਪਖੰਡ ਕਰਦੀ ਹੈਗੀ, ਕੁਛ ਨੀ ਹੋਇਆ ਇਹਨੂੰ। ਤੂੰ ਆ ਭੋਲਾ, ਤੂੰ ਸਮਝ ਸਮਝਿਆ ਕਰ ਮੇਰੀ ਗੱਲ, ਤੂੰ ਮੇਰੀ ਗੱਲ ਸੁਣ ਛੋਟੇ, ਕਿਉਂ ਮੇਰੀ ਗੱਲ ਤਾਂ ਸੁਣ, ਬੋਲ ਤਾਂ ਪਿਆ ਕੁਛ। ਮੈਂ ਭਾਬੀ ਕੋਈ ਗੱਲ ਨਹੀਂ ਸੁਣਨੀ ਹੈਗੀ, ਮਾਮਾ ਆਊਗਾ, ਮੈਂ ਮਾਮੇ ਨੂੰ ਬੁਲਾ ਰਿਹਾ ਤੇ ਬਸ ਵੱਡੀ ਮੈਂ ਪੈਣੀ ਆ, ਅੱਡ ਹੋਵਾਂਗੇ। ਇਹ ਕੀ ਗੱਲ, ਮਾਮੇ ਨੂੰ ਤੂੰ ਬਿਨਾਂ ਪੁੱਛੇ ਤੂੰ ਬੁਲਾ ਲਏਗਾ, ਬਸ ਆਹੀ ਕੁਛ ਚਾਹੁੰਦੀ ਸੀ ਤੂੰ, ਉਹ ਕਰਨ ਲੱਗ ਗਿਆ ਇਹ। ਭਾਬੀ ਇਹ ਤੈਨੂੰ ਕੁਛ ਕਹਿਣ ਦੀ ਲੋੜ ਨਹੀਂ, ਠੀਕ ਆ, ਇਹ ਸੱਚੀ ਆ, ਮੈਨੂੰ ਅੱਜ ਇਹ ਗੱਲ ਦਾ ਪਤਾ ਲੱਗ ਗਿਆ। ਮੇਰੀ ਗੱਲ ਸੁਣ ਛੋਟੇ, ਤੂੰ ਨਾ ਗਲਤ ਸਮਝ ਰਿਹਾ, ਜੋ ਦਿਸਦਾ ਹੁੰਦਾ ਨਾ ਉਹ ਨਹੀਂ ਹੁੰਦਾ ਕਈ ਵਾਰ। ਪਰ ਮੇਰੀ ਗੱਲ ਸੁਣ, ਆਪਣੀ ਅੱਖੀ ਦੇਖ ਲੈ ਨਾ, ਕਈ ਵਾਰੀ ਅੱਖੀ ਦੇਖਿਆ ਵੀ ਸੱਚ ਨਹੀਂ ਹੁੰਦਾਗਾ, ਤੂੰ ਮੈਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰ। ਮੈਂ ਸਭ ਸਮਝ ਗਿਆ ਭਾਬੀ, ਠੀਕ ਹੈ,
ਤੂੰ ਇੱਥੇ ਜਾ, ਇਹਦੇ ਬੋਲਣ ਦਾ ਕੋਈ ਫਾਇਦਾ ਨਹੀਂ। ਮੇਰੀ ਗੱਲ ਸੁਣ, ਤੇਰੇ ਭਲਾਈ ਦੀ ਗੱਲ ਨਾ, ਤੂੰ ਮਾਮਾ ਜੀ ਨੂੰ ਕਦੇ ਹੱਥ ਸਮਝਿਆ? ਕਮਲਾ ਘਰੇ ਘਰ ਚ ਵੰਡੀਆਂ, ਜ਼ਮੀਨ ਦੀਆਂ ਵੰਡੀਆਂ, ਦੱਸੀ ਅਸੀਂ ਕਿਹਦੀ ਹੱਥ ਰਾਂਗੇ? ਮੇਰੀ ਅਸੀਂ ਕਿੱਥੇ ਲੈ ਕੇ ਜਾਣਾਗਾ? ਕੋਸ਼ਿਸ਼ ਤਾਂ ਕਰ ਇੱਕ ਵਾਰ ਸੁਣ ਤਾਂ ਸਹੀ ਬਹਿ ਕੇ। ਭਾਬੀ ਮੈਂ ਕੋਈ ਗੱਲ ਨੀ ਸੁਣੀ ਹੈਗੀ, ਤੂੰ ਦੇਖ ਭਾਬੀ ਇਸ ਤੋਂ ਕੋਈ ਇੱਥੇ ਨਾ ਕੁਝ ਬਿਨਾਂ ਬੋਲੇ ਚਲੀ ਜਾ, ਇਦੂ ਪਹਿਲਾਂ ਮੈਂ ਵੱਡੇ ਬਾਈ ਨੂੰ ਬੁਲਾਵਾਂ, ਇੱਥੇ ਗੱਲ ਵਧੇ। ਮੈਂ ਤੈਨੂੰ ਕਿੰਨੇ ਵਾਰੀ ਕਹਿਤਾ ਸੀ ਨਾ, ਤੂੰ ਵੀ ਸੁਧਰਦੀ ਨੀ। ਮੇਰੀ ਗੱਲ ਤਾਂ ਸੁਣੋ, ਤੁਸੀਂ ਤਾਂ ਮੈਨੂੰ ਸਮਝਦੇ ਹੋ ਨਾ। ਜਦੋਂ ਉਹਦਾ ਬੰਦਾ ਨੀ ਕੁਛ ਕਹਿੰਦਾ, ਹੁਣ ਤੈਨੂੰ ਮੈਂ ਸਮਝਾਇਆ ਸੀ ਨਾ, ਤੇਰੀ ਜ਼ਿੰਦਗੀ ਦਾ ਸਵਾਲ ਹੈਗਾ, ਤੂੰ ਵੀ ਨਾ ਸੁਧਰਦੀ ਨੀ। ਇਹ ਨਾ ਹੋਵੇ ਵੀ ਤੇਰਾ ਜੁੱਲੀ ਵੀ ਇਸ ਤਰ੍ਹਾਂ ਤੇਰੇ ਪੇਕੀ ਹੋਵੇ। ਇਦੂ ਬਾਅਦ ਦੇਖੋ ਤੁਸੀਂ ਮੈਨੂੰ ਕੀ ਬੋਲੀ। ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ? ਉਹ ਤਾਂ ਮੈਂ ਸਮਝਦੀ, ਮੇਰੀ ਗੱਲ ਸੁਣੋ ਠੀਕ ਹੈ। ਮੈਂ ਕੋਈ ਗੱਲ ਨਹੀਂ ਸੁਣਦਾ, ਇਹਨਾਂ ਝੂਠ ਇਹਨਾਂ ਕਹੀ ਜਾਂਦਾ। ਤੂੰ ਅੱਗੇ ਰੇਤ ਨੂੰ ਕੁੱਟਦੀ ਹੈ ਕਿ ਮੈਂ ਬਸ ਠੀਕ ਹੈ, ਤੂੰ ਕੁੱਟਦੀ ਹੈ ਬਸ। ਦੇਖ ਬਾਈ ਮੈਂ ਤੈਨੂੰ ਵੀ ਕਹਿਣਾ ਠੀਕ ਹੈ, ਸਾਡੇ ਬਾਰੇ ਇੰਨਾ ਚੰਗਾ ਸੋਚਣ ਦੀ ਲੋੜ ਨਹੀਂ। ਜੇ ਆ ਕੁੱਟਮਾਰ ਕਰਨੀ ਹੈ ਅਸ ਤਾਂ ਮਾੜੀ ਠੀਕ ਹੈ। ਠੀਕ ਹੈ ਝੂਠੇ ਭਾਈ, ਗਲਤੀ ਹੋ ਗਈ, ਮੈਂ ਗਲਤੀ ਮੰਨਦਾ ਠੀਕ ਹੈ। ਤੁਸੀਂ ਕਿਉਂ ਗਲਤੀ ਮੰਨਦੇ ਹੋਗੇ? ਮੈਂ ਤੈਨੂੰ ਸਮਝਾਇਆ ਸੀ ਨਾ। ਫਿਰ ਜੇ ਮੂਹਰੇ ਖੂਹ ਆਏ ਕਹੇ ਕੋਈ, ਤੂੰ ਖੂਹ ਚ ਡਿੱਗ ਤੇ ਖੂਹ ਚ ਡਿੱਗੂਗਾ। ਇਹਦਾ ਬੰਦਾ ਇਹ ਕਹਿ ਸਕਦੀ ਹੈ, ਜੋ ਇਹਦੇ ਕਰਮਾਂ ਚ ਲਿਖਿਆ, ਜਿਹਦੇ ਕਰਮਾਂ ਚ ਘਾਟਾ ਲਿਖਿਆ ਤਾਂ ਘਾਟਾ ਪੈ ਕੇ ਰਹਿਣਾ, ਜਿਹਦੇ ਕਰਮਾਂ ਚ ਵਾਧਾ ਲਿਖਿਆ ਨਾ ਤਾਂ ਵਾਧਾ ਹੋਊਗਾ ਹੀ ਠੀਕ ਹੈ। ਇਦੋਂ ਬਾਅਦ ਇਹ ਨਾ ਹੋਵੇ ਵੀ ਤੇਰਾ ਜੁੱਲੀ ਬਿਸਤਰਾ ਚੁਕਾ ਦਿਆਂ ਮੈਂ ਇੱਥੋਂ। ਚੱਲ ਮੈਨੂੰ ਕੀ ਆ, ਮਰਨ ਦੇ ਨੂੰ ਕੁੱਤੇ ਦੀ ਮੌਤ। ਮੈਂ ਤੈਨੂੰ ਚਾਹ ਕਿਹਾ ਸੀ ਨਾ, ਜੇ ਤੂੰ ਬਾਅਦ ਲੇਟ ਕੀਤੀ ਜਾਂ ਰੋਟੀ ਲੇਟ ਕੀਤੀ, ਜਦੋਂ ਇਹ ਨਹੀਂ ਸੀ ਆਈ ਉਦੋਂ ਕੌਣ ਕਰਦਾ ਸੀਗਾ? ਮੈਂ ਕਰਦੀ ਸੀ। ਫਿਰ ਹੁਣ ਕਰ ਲਾ, ਹੁਣ ਕੀ ਹੋ ਗਿਆ ਤੈਨੂੰ? ਚੱਲ ਤੋਰ ਚਾਹ ਬਣਾ ਜਾ, ਪਤਾ ਲੱਗ ਜੂ। ਮੈਂ ਤੈਨੂੰ ਕਿਹਾ ਨਾ ਇੱਥੋਂ ਨਾ ਨਹੀਂ ਬੋਲਣਾ ਤੂੰ, ਚੱਲ ਅੱਖਾਂ ਤੋਂ ਪੱਟੀਆਂ ਖੁੱਲ ਜਾਣੀਆਂ ਸੇਤ ਕੋਈ ਇਹਦੇ। ਚੱਲ ਕੋਈ ਨਾ ਛੋਟੇ ਭਾਈ, ਕੋਈ ਗੱਲ ਨਹੀਂ ਰੀਤ ਬਾਈ, ਗਲਤੀ ਹੋ ਗਈ ਸਾਥੋਂ ਠੀਕ ਆ, ਇਦੋਂ ਬਾਅਦ ਨਹੀਂ ਕਹਿੰਦੀ ਉਹ। ਦੇਖ ਬਾਈ ਤੁਸੀਂ ਕਾਹਤੋਂ ਗਲਤੀ ਮੰਨਦੇ ਹੋ? ਜੇ ਮੁਰੂ ਬੰਦਾ ਨਾ ਮੰਨ ਉਹਦਾ ਇੰਨਾ ਵੀ ਨਾ ਫਾਇਦਾ ਚੱਕੋ ਕਿ ਬੰਦਾ ਬੋਲਣ ਤੇ ਮਜਬੂਰ ਹੋ ਜਾਏ। ਹੁਣ ਜੇ ਰੀਤ ਮੈਨੂੰ ਗੱਲ ਹੀ ਨਾ ਦੱਸਦੀ, ਮੈਨੂੰ ਕੀ ਪਤਾ ਲੱਗਣਾ ਸੀਗਾ ਕੱਲ ਨੂੰ ਕੋਈ ਭਾਬੀ ਤੈਨੂੰ ਘਰੋਂ ਵੀ ਕੱਢ ਸਕਦਾ। ਮੈਂ ਸੁਣੀ ਜਾਂਦਾ ਸੀ ਬਾਈ ਯਾਰ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ ਮਾਮੇ ਨੂੰ ਫੋਨ ਲਾਉਣ ਵਾਲੀ। ਨਹੀਂ ਬਾਈ ਯਾਰ, ਮੈਂ ਨਹੀਂ ਚਾਹੁੰਦਾ ਹੈਗਾ ਵੀ ਇਹੀ ਗੱਲਾਂ ਮੈਂ ਤਾਂ ਕੱਲ ਨੂੰ ਦੁਬਾਰੇ ਲੁਕਣ ਇਸ ਘਰ ਦੇ ਵਿੱਚ, ਵੱਡੀਆਂ ਤਾਂ ਹੁਣ ਪੈਣੀਆਂ ਪੈਣੀਆਂ। ਚੱਲ ਭਰਾਵਾ ਤੇਰੀ ਮਰਜ਼ੀ ਆ, ਆਪਾਂ ਤਾਂ ਵੰਡੀਆਂ ਪਾ ਕੇ ਰਾਜੀ ਨਹੀਂ ਸੀਗੇ, ਮਾਮਾ ਆਉਂਦਾ ਵਾ ਕਰ ਲੈਂਦੇ ਹਾਂ ਗੱਲ ਠੀਕ ਹੈ। ਠੀਕ ਆ ਬਾਈ ਕੋਈ ਗੱਲ ਨਹੀਂ, ਰੀਤੋ ਮੈਨੂੰ ਮਾਫ਼ ਕਰ ਦੇ, ਮੈਂ ਨਾ ਬੇਵਜ੍ਹਾ ਤੇਰੇ ਉੱਤੇ ਸ਼ੱਕ ਕੀਤਾ ਭਾਬੀ ਪਿੱਛੇ ਕਰਕੇ, ਅੱਖਾਂ ਤੋਂ ਪੱਟੀ ਤਾਂ ਮੇਰੇ ਹੁਣ ਲਈ ਹੈਗੀ। ਚਲੋ ਕੋਈ ਨਾ, ਅੱਖਾਂ ਤੋਂ ਪੱਟੀ ਤਾਂ ਲੈ ਗਈ, ਮੇਰੇ ਵਾਸਤੇ ਇੰਨੀ ਬਹੁਤ ਆ। ਮੈਨੂੰ ਤਾਂ ਐਂ ਸੀਗਾ ਵੀ ਤੁਹਾਨੂੰ ਭਾਬੀ 'ਤੇ ਯਕੀਨ ਆ, ਮੇਰੇ 'ਤੇ ਯਕੀਨ ਹੀ ਨਹੀਂ ਕਰਨਾ ਤੁਸੀਂ। ਇੱਕ ਪਾਲੀ ਤਾਂ ਮੈਨੂੰ ਭਾਬੀ 'ਤੇ ਯਕੀਨ ਹੈਗਾ ਸੀਗਾ, ਪਰ ਹੁਣ ਨਹੀਂ ਹੈਗਾ। ਹੁਣ ਮਾਮੇ ਨੂੰ ਆ ਜਾਣ ਦੇ, ਹੁਣ ਇਹਨੂੰ ਬਾਅਦ 'ਚ ਦਿਖਾਵਾਂਗੇ ਬਾਬਾ ਮੁਤਾਰੇ। ਚਲੋ ਚੰਗਾ, ਨਾ ਲਓ ਤੁਸੀਂ ਫਿਰ। ਹਾਂ ਨਾ ਮੈਂ